ਸਾਨੂੰ ਸਜਦੇ ਲਈ ਮਜਬੂਰ ਕਰੇ। ਵਾਹ, ਖੁਦ ਨੂੰ ਬਾਤ ਸੂਰਜ ਕਹਿ ਕੇ ਉਹ ਸਾਨੂੰ ਸਜਦੇ ਲਈ ਮਜਬੂਰ ਕਰੇ। ਸਜਦਾ ਵੀ ਕਰ ਦੇਵਾਂਗੇ ਪਰ ਕੁੱਖ ਤੇ ਹਨੇਰਾ ਦੂਰ ਕਰੇ। ਆਹ ਵਾਹ ਕਿਆ ਵਾਹ, ਬਤਾ, ਵਾਹ ਵਾਹ। ਸਜਦਾ ਵੀ ਕਰ ਦੇਵਾਂਗੇ ਪਰ ਆਪਣੇ ਨਾਲ ਹੀ ਚਾਲ, ਵਾਹ, ਖੁਦ ਵਾਹ, ਨੂੰ ਚੱਲਣੀ ਪੈ ਰਹੀ ਆਪਣੇ ਨਾਲ ਹੀ ਚਾਲ। ਚਿਹਰੇ ਤੇ ਮੁਸਕਾਨ ਹੈ ਸੋਚਾਂ ਵਿੱਚ ਜੰਜਾਲ। ਵਾਹ, ਚਿਹਰੇ ਤੇ ਚਿਹਰੇ ਤੇ ਮੁਸਕਾਨ ਹੈ ਸੋਚਾਂ ਵਿੱਚ। ਸੋਚਾਂ ਵਿੱਚ ਜੰਜਾਲ, ਮੰਜ਼ਿਲ ਕੋਹਾਂ ਦੂਰ ਤੇ ਰਸਤਾ ਵੀ ਬੇਹਾਲ। ਵਾਹ, ਬਾਤ ਮੰਜ਼ਿਲ ਕੋਹਾਂ ਦੂਰ ਤੇ ਰਸਤਾ ਵੀ ਬੇਹਾਲ। ਸੁਣੀ ਭਾਜੀ ਫੇਰ ਦੇਖਣਾ ਕਿ ਇਹ ਕੈਸਾ ਯੁੱਧ ਲੜ ਰਿਹਾ। ਹਾਂ, ਦੋਨੋਂ ਤਰਫ ਵਾਹ, ਮੈਂ ਆਪ ਵਾਹ, ਇਹ ਕੈਸਾ ਯੁੱਧ ਲੜ ਰਿਹਾ। ਦੋਨੋਂ ਤਰਫ ਮੈਂ ਆਪ, ਦੋਨੋਂ। ਤਰਫ ਮੈਂ ਆਪ, ਇੱਕ ਹੱਥ ਵਿੱਚ ਖੰਜਰ ਮੇਰੇ, ਦੂਜੇ ਹੱਥ ਵਿੱਚ ਢਾਲ। ਵਾਹ ਵਾਹ, ਵਾਹ ਵਾਹ ਵਾਹ, ਇੱਕ ਹੱਥ ਬਹੁਤ ਅੱਛਾ। ਵਿੱਚ ਖੰਜਰ ਮੇਰੇ, ਦੂਜੇ ਹੱਥ ਵਿੱਚ ਢਾਲ। ਦੇਖਣ ਵਾਹ। ਨੂੰ ਇੱਕ ਕਾਫਲਾ, ਦੇਖਣ ਨੂੰ ਇੱਕ ਕਾਫਲਾ ਹਰ ਪਲ ਮੇਰੇ ਸੰਗ। ਵਾਹ, ਦੇਖਣ ਨੂੰ ਇੱਕ ਕਾਫਲਾ ਹਰ ਪਲ ਮੇਰੇ ਸੰਗ, ਪਰ ਜੋ ਮੇਰੇ ਨਾਲ ਨੇ ਇਹ ਨਹੀਂ ਮੇਰੇ ਨਾਲ। ਵਾਹ ਵਾਹ ਵਾਹ, ਦੇਖਣ ਨੂੰ ਇੱਕ ਕਾਫਲਾ ਹਰ ਪਲ ਮੇਰੇ ਸੰਗ, ਪਰ ਜੋ ਮੇਰੇ ਨਾਲ ਨੇ ਇਹ ਨਹੀਂ ਮੇਰੇ ਨਾਲ। ਵਾਹ, ਇੱਕ ਬਹੁਤ ਗਜ਼ਲ ਹੈ ਜੀ, ਬਹੁਤ ਉਹਦੇ ਅੱਛਾ। ਜਮ ਫੇਰ ਹੈ ਕਿ ਸਹਿਕ ਦੇ ਬੁੱਲਾਂ ਤੇ ਇਉਂ ਮੁਸਕਾਨ ਕੋਈ ਧਰ ਗਿਆ। ਸਹਿਕ ਦੇ ਬੁੱਲਾਂ ਤੇ ਇਉਂ ਮੁਸਕਾਨ ਕੋਈ ਧਰ ਗਿਆ, ਇਉਂ ਲਾਲੀ ਜੀ, ਤੁਹਾਡਾ ਕੋਈ ਮਾਈਕ ਬੰਦ ਖਾਬਾਂ ਹੈ, ਚ ਮੈਂ। ਸੌਰੀ। ਜੀ ਹਾਂਜੀ ਜੀ, ਸਹਿਕ ਦੇ ਬੁੱਲਾਂ ਤੇ ਇਉਂ ਮੁਸਕਾਨ ਕੋਈ ਧਰ ਗਿਆ, ਧਰ ਜਿਉਂ ਗਿਆ। ਕੋਈ ਖਾਬਾਂ ਚ ਮੈਨੂੰ ਜਿਉਣ ਜੋਗਾ ਕਰ ਗਿਆ। ਕਿਆ ਵਾਹ, ਬਾਤ ਹੈ, ਵਾਹ ਬਹੁਤ ਵਾਹ ਬਹੁਤ ਵਾਹ, ਅੱਛਾ, ਬਹੁਤ ਵਧੀਆ, ਬਹੁਤ ਕਿਆ ਬਾਤ, ਅੱਛਾ। ਖਾਬਾਂ ਚ ਬਹੁਤ ਮੈਨੂੰ ਵਧੀਆ। ਜਿਉਣ ਜੋਗਾ ਕਰ ਗਿਆ। ਫੇਰ ਦੇਖਣਾ ਕਿ ਚਾਹ ਕੇ ਵੀ ਮੈਂ ਵਰ ਨਾ ਸਕਿਆ ਤਪਦੇ ਰੇਗਿਸਤਾਨ ਤੇ। ਆਹ, ਕਿਆ ਬਾਤ ਹੈ, ਵਾਹ ਚਾਹ ਕੇ ਵਾਹ। ਵੀ ਨਾ ਮੈਂ ਵਰ ਚਾਹ ਕੇ ਵੀ ਮੈਂ ਵਰ ਮੈਂ ਨਾ ਵਰ ਸਕਿਆ ਨਾ। ਤਪਦੇ ਰੇਗਿਸਤਾਨ ਤੇ। ਕੁਝ ਹਵਾ ਦਾ ਖੌਫ ਸੀ ਤੇ ਕੁਝ ਮੈਂ ਵੀ ਸਾ ਡਰ ਗਿਆ। ਆਹ, ਹਾਂ, ਬਹੁਤ ਵਾਹ ਸੋਹਣੇ, ਵਾਹ, ਵਾਹ। ਕੁਝ ਹਵਾ ਦਾ ਖੌਫ ਸੀ ਕੁਝ ਮੈਂ ਵੀ ਸਾ ਡਰ ਗਿਆ। ਸਿਆਸ ਵਾਹ, ਸਾਡੀ ਮਾਪ ਦਾ ਫਿਰਦਾ ਸੀ ਜੋ ਔੜਾਂ ਦੇ ਵਿੱਚ। ਬਹੁਤ ਸੋਹਣੇ। ਸਿਆਸ ਸਾਡੀ ਮਾਪ ਦਾ ਫਿਰਦਾ ਸੀ ਜੋ ਔੜਾਂ ਦੇ ਵਿੱਚ, ਕਿਉਂ ਸਾਨੂੰ ਸੁੱਕੀਆਂ ਝੀਲਾਂ ਦੇ ਸਨਮੁਖ ਕਰ ਗਿਆ। ਕਿਆ ਵਾਹ, ਬਾਤ ਹੈ, ਦੁਬਾਰਾ ਪੜ੍ਹਿਓ ਜੀ, ਦੁਬਾਰਾ ਦੁਬਾਰਾ ਵੀਰੇ, ਦੁਬਾਰਾ ਪੜ੍ਹਿਓ। ਸਿਆਸ ਸਾਡੀ ਮਾਪ ਦਾ ਫਿਰਦਾ ਸੀ ਜੋ ਔੜਾਂ ਦੇ ਵਿੱਚ, ਕਿਉਂ ਸਾਨੂੰ ਸੁੱਕੀਆਂ ਝੀਲਾਂ ਦੇ ਸਨਮੁਖ ਕਰ ਗਿਆ। ਫਿਰ ਕਿਆ ਬਾਤ ਹੈ, ਦੇਖਣਾ ਕਿ ਹਾਂਜੀ ਕਿ ਕੀ ਹਵਾ ਮੂੰਹ ਜੋਰ ਸੀ, ਕੀ ਹਵਾ ਨੂੰ ਜ਼ੋਰ ਸੀ ਜਾਂ ਦਿਲ ਚ ਹੀ ਕੁਝ ਹੋਰ ਸੀ। ਵਾਹ, ਕੀ ਹਵਾ ਨੂੰ ਜ਼ੋਰ ਸੀ ਮੂੰਹ ਜਾਂ ਜ਼ੋਰ ਦਿਲ ਚ ਸੀ। ਹੀ ਕੁਝ ਹੋਰ ਸੀ, ਦਿਸਦਾ ਸੀ ਜੋ ਜੁਗਨੂਆਂ ਦਾ ਕਾਫਲਾ ਕਿੱਧਰ ਗਿਆ। ਆਹ, ਵਾਹ 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 ਬਹੁਤ ਵਾਹ ਵਾਹ, ਸੋਹਣਾ, ਦਿਸਦਾ ਬਹੁਤ ਸੀ ਸੋਹਣੇ। ਜੋ ਜੁਗਨੂਆਂ ਦਾ ਜੁਗਨੂਆਂ ਦਾ ਕਾਫਲਾ ਕਿੱਧਰ ਗਿਆ, ਕਾਫਲਾ ਕਿੱਧਰ ਗਿਆ। ਹੋਣ ਦਾ ਅਹਿਸਾਸ ਨਾਹੀਂ ਜਿਉਣ ਲਈ ਜਿੰਦਾ ਦਿਲੀ। ਵਾਹ, ਹੋਣ ਦਾ ਅਹਿਸਾਸ ਨਾ ਹੀ ਜਿਉਣ ਲਈ ਨਹੀਂ ਜਿੰਦਾ ਦਿਲੀ, ਜਿੰਦਾ ਦਿਲੀ ਜਾਪਦਾ ਹੈ ਜਿਉਂ ਬਹੁਤ ਕੁਝ ਉਤਰ ਕੇ ਵੀ ਵਿਸਰ ਗਿਆ। ਵਿਸਰ ਗਿਆ। ਹਾਂ, ਵਾਹ, ਬਹੁਤ ਸੋਹਣੇ, ਵਾਹ ਵਾਹ, ਜਾਪਦਾ ਹੈ ਸਰੀ, ਜਿਉਂ ਬਹੁਤ ਕੁਝ ਉਤਰ ਕੇ ਵੀ ਵਿਸਰ ਗਿਆ। ਵਿਸਰ ਗਿਆ। ਕਿਆ ਬਾਤ, ਵਾਹ, ਬਹੁਤ ਧੰਨਵਾਦ ਵਾਹ ਜੀ, ਵਾਹ ਵਾਹ, ਕਿਆ ਬਾਤ, ਵਾਹ, ਬਹੁਤ ਬਹੁਤ ਸੋਹਣੇ ਬਹੁਤ ਬਜਿੰਦਰ ਵੀਰੇ, ਕਮਾਲ ਤੁਹਾਡੀ। ਮੈਨੂੰ ਲੱਗਦਾ ਗਜ਼ਲ 'ਚ ਨਾ ਇੱਕ ਕਮਾਲ ਦੀ ਤੁਹਾਡੀ ਸ਼ਬਦਾਵਲੀ ਖਾਸ ਤੌਰ 'ਤੇ, ਔਰ ਤੁਹਾਡਾ ਜੋ ਕੰਟਰਾਸਟ ਹੈ ਨਾ ਤੁਹਾਡੇ ਖਿਆਲਾਂ ਦਾ, ਕਮਾਲ ਦਾ, ਵਾਹ, ਬਹੁਤ ਖੁਸ਼ੀ ਹੋਈ। ਆਸ ਕਰਦੇ ਹਾਂ ਤੁਹਾਡੇ ਕੋਲ ਅਗਲੇ ਰਾਊਂਡ 'ਚ ਕੁਝ ਹੋਰ ਹੀ ਸੁਣਾਂਗੇ ਤੁਹਾਡੇ ਕੋਲ, ਠੀਕ ਹੈ ਨਾ। ਸੋ ਬਹੁਤ ਥੈਂਕ ਯੂ ਸੋ ਮਚ ਬਾਬੇ, ਬਹੁਤ ਸ਼ੁਕਰੀਆ, ਹਾਂ ਜੀ ਔਰ ਸ਼ੁਕਰੀਆ ਸਾਰੇ ਹੀ ਦੋਸਤਾਂ ਜੋ ਇਸ ਟਾਈਮ ਜੁੜਨੇ ਸਾਡੇ ਨਾਲ ਸੋਸ਼ਲ ਮੀਡੀਆ 'ਤੇ ਜਾਂ ਲਾਈਵ ਟੀਵੀ 'ਤੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਹਾਡੀ ਮੁਹੱਬਤ ਸਦਕਾ ਹੀ ਇਹ ਪ੍ਰੋਗਰਾਮ ਚੱਲ ਰਿਹਾ, ਔਰ ਤੁਹਾਡੀ ਮੁਹੱਬਤਾਂ ਨੂੰ ਸਲਾਮ, ਥੈਂਕ ਯੂ ਸੋ ਮਚ। ਇਸ ਤੋਂ ਅੱਗੇ ਚੱਲਦੇ ਹਾਂ ਆਪਾਂ, ਅਸੀਂ ਪਹੁੰਚਾਂਗੇ ਜੀ ਸਾਡੇ ਦੂਸਰੇ ਮਹਿਮਾਨ ਸੁਨੀਲ ਚੰਦਿਆਨਵੀ ਜੀ। ਇਹਨਾਂ ਨੇ 10 ਸਾਲ ਥੀਏਟਰ ਕੀਤਾ,
ਔਰ 1997 ਵਿੱਚ ਲਿਟਰੇਰੀ ਫੋਰਮ ਫਰੀਦਕੋਟ ਦਾ ਨਿਰਮਾਣ ਕੀਤਾ ਤੇ ਲਗਾਤਾਰ ਕਿੰਨੇ ਆਪਣੇ ਅਨੇਕਾਂ ਮੁਸ਼ਾਇਰੇ ਗੋਸ਼ਟੀਆਂ ਤੇ ਸੈਮੀਨਾਰ ਕਰਵਾਏ। ਇਹਨਾਂ ਗੀਤ ਵੀ ਲਿਖੇ, ਨਿੱਕੀ ਕਹਾਣੀ ਵੀ, ਵਿਅੰਗ ਵੀ, ਲੇਖ ਵੀ, ਪਰ ਪ੍ਰਮੁੱਖ ਤੌਰ ਤੇ ਗੱਲ ਕਰੀਏ ਤਾਂ ਗਜ਼ਲ ਨਾਲ, ਖਾਸ ਤੌਰ ਤੇ ਜੁੜੇ ਰਹੇ ਗਜ਼ਲ ਨਾਲ। ਔਰ ਇੱਕ ਗੱਲ ਹੋਰ ਕਰਨਾ ਚਾਹਾਂਗਾ ਕਿ ਸੁਨੀਲ ਹੁਣਾਂ ਨੇ ਇੱਕ ਇਹ ਫੇਸਬੁੱਕ ਤੇ ਇੱਕ ਗਰੁੱਪ ਹੈ, ਸੋਸ਼ਲ ਮੀਡੀਆ ਤੇ ਗਰੁੱਪ ਹੈ, ਇੱਕ ਸ਼ਬਦ ਸੋਹਜ, ਔਰ ਉਸ ਗਰੁੱਪ ਵਿੱਚ ਜਿਹੜੀ ਰਚਨਾ ਇਹਨਾਂ ਨੂੰ ਲੱਗਦਾ ਕਿ ਉਸ ਕਿਸੇ ਮਿਆਰ ਦੇ ਕਾਬਿਲ ਹੈਗੀ ਆ, ਉਸ ਰਚਨਾ ਉੱਥੇ ਸ਼ੇਅਰ ਕਰਦੇ ਹਨ। ਔਰ ਉਹਦੇ ਇੱਕ ਬਹੁਤ ਹੀ, ਇੱਕ ਮੈਂ ਕਹਾਂਗਾ ਇੱਕ ਬਹੁਤ ਹੀ ਮਿਆਰੀ ਤੇ ਵਿਕਾਰੀ ਗਰੁੱਪ ਹੈ ਸ਼ਬਦ ਸੋਚ। ਸੋ ਜੋ ਦੋਸਤ ਗਜ਼ਲ ਨਾਲ ਜੁੜੇ ਹਨ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਜ਼ਰੂਰ ਉਸ ਗਰੁੱਪ ਨਾਲ ਜੁੜਿਓ, ਔਰ ਤੁਹਾਨੂੰ ਖੁਸ਼ੀ ਹੋਏਗੀ ਕਿ ਤੁਸੀਂ ਕੁਛ ਵਧੀਆ ਪੜ੍ਹ ਰਹੇ ਜੋ, ਕੁਛ ਵਧੀਆ ਲਿਖ ਰਹੇ ਜੋ, ਚੰਗਾ ਲੱਗੇ ਤੁਹਾਨੂੰ। ਧੰਨਵਾਦ। ਔਰ ਕੋਚਰ ਭੈਣ ਜੀ, ਬਲਜਿੰਦਰ ਜੀ ਔਰ ਸਾਰੇ ਦਰਸ਼ਕਾਂ ਲਈ ਚੰਦ ਲਾਈਨਾਂ ਸੁਨੀਲ ਜੀ ਦੀਆਂ ਤੁਹਾਡੇ ਨਾਲ ਸਾਂਝੀ ਕਰਦਾ ਮੈਂ। ਹਾਂਜੀ ਇਹ ਲਿਖਦੇ ਨੇ ਕਿ ਇਹ ਜੋਗੀ ਤੇਰੇ ਅੰਦਰ ਨੂੰ ਪੂਰੇ ਦਾ ਪੂਰਾ ਭਾਂਪ ਗਏ, ਜਿਸ ਬੀਨ ਤੇ ਹੋਇਆ ਮਸਤ ਫਿਰੇ, ਉਸ ਹੁਣੇ ਨਾਗ ਬਣ ਜਾਣਾ ਹੈ, ਤੇਰੇ ਤੇ ਸਭ ਮੁਨਸਰ ਹੈ, ਤੂੰ ਭੱਜਣਾ ਹੈ ਜਾਂ ਡਟਣਾ ਹੈ, ਉਹਨਾਂ ਦੀ ਨਜ਼ਰ ਤਾਂ ਉਸ ਤੇ ਵੀ, ਉਹਨਾਂ ਦੀ ਨਜ਼ਰ ਤਾਂ ਉਸ ਤੇ ਵੀ ਜੋ ਤੇਰੇ ਮੂੰਹ ਵਿੱਚ ਦਾਣਾ ਹੈ, ਜੋ ਤੇਰੇ ਮੂੰਹ ਵਿੱਚ ਦਾਣਾ ਹੈ। ਬਹੁਤ ਅੱਛਾ, ਬਹੁਤ ਅੱਛਾ, ਬਹੁਤ ਅੱਛਾ। ਸੋ ਸੁਨੀਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਜੀ ਇੱਕ ਵਾਰੀ ਫਿਰ ਤੋਂ, ਔਰ ਤੁਹਾਨੂੰ ਗੁਜ਼ਾਰਿਸ਼ ਕਰਾਂਗੇ ਕੋਈ ਆਪਣੇ ਤੁਸੀਂ ਕਲਾਮ ਨਾਲ ਜੋ ਤੁਹਾਡਾ ਮਨ ਚ ਆਉਂਦਾ ਹੈ ਸਾਡੇ ਨਾਲ ਸਾਂਝਾ ਕਰੋ, ਸਾਨੂੰ ਬਹੁਤ ਖੁਸ਼ੀ ਹੋਏਗੀ। ਸੁਨੀਲ ਜੀ, ਜ਼ਰੂਰ ਜੀ। ਮੈਂ ਕੁਛ ਕੁਛ ਸ਼ੇਅਰ ਤੁਹਾਡੇ ਨਾਲ ਸਾਂਝੀ ਕਰਦਾ। ਜੀ ਜੀ। ਖੁਦਾਇਆ ਮੈਨੂੰ ਆਪਣੀ ਹੀ ਨਜ਼ਰ ਚੋਂ ਗਿਰਨ ਨਾ ਦੇਵੀਂ। ਖੁਦਾਇਆ ਮੈਨੂੰ ਆਪਣੀ ਹੀ ਨਜ਼ਰ ਚੋਂ ਗਿਰਨ ਨਾ ਦੇਵੀਂ, ਕਿਸੇ ਆਪਣੇ ਦੀ ਮੁੱਠੀ ਚੋਂ ਕਦੇ ਵੀ ਕਿਰਨ ਨਾ ਦੇਵੀਂ। ਬਹੁਤ ਅੱਛੇ, ਬਹੁਤ ਅੱਛਾ, ਬਹੁਤ ਅੱਛਾ। ਖੁਦਾਇਆ ਮੈਨੂੰ ਆਪਣੀ ਹੀ ਨਜ਼ਰ ਚੋਂ ਗਿਰਨ ਨਾ ਦੇਵੀਂ, ਕਿਸੇ ਆਪਣੇ ਦੀ ਮੁੱਠੀ ਚੋਂ ਕਦੇ ਵੀ ਕਿਰਨ ਨਾ ਦੇਵੀਂ। ਮੈਂ ਆਪਣੇ ਸ਼ਬਦ ਦੇ ਸਤਿਕਾਰ ਦੇ ਕਾਬਿਲ ਹੀ ਹੋ ਜਾਵਾਂ, ਮੈਂ ਆਪਣੇ ਸ਼ਬਦ ਦੇ ਸਤਿਕਾਰ ਦੇ ਕਾਬਿਲ ਹੀ ਹੋ ਜਾਵਾਂ, ਇਹ ਜੀਭਾ ਕੱਟ ਦੇ ਭਾਵੇਂ ਜ਼ੁਬਾਨੋਂ ਫਿਰਨ ਨਾ ਦੇਵੀਂ। ਕਿਆ ਬਾਤ ਹੈ, ਬਹੁਤ ਅੱਛਾ, ਬਹੁਤ ਅੱਛਾ, ਬਹੁਤ ਅੱਛੀ, ਬਹੁਤ ਵਧੀਆ। ਮੈਂ ਆਪਣੇ ਸ਼ਬਦ ਦੇ ਸਤਿਕਾਰ ਦੇ ਕਾਬਿਲ ਹੀ ਹੋ ਜਾਵਾਂ, ਇਹ ਜੀਭਾ ਕੱਟ ਦੇ ਭਾਵੇਂ ਜ਼ੁਬਾਨੋਂ ਫਿਰਨ ਨਾ ਦੇਵੀਂ। ਬਹੁਤ ਕਿਆ ਬਾਤ, ਕਰੇ ਜੇ ਮਨ ਅੜੀ ਤਖਤਾਂ ਤੇ ਤਾਜਾਂ ਮਗਰ ਭੱਜਣ ਦੀ, ਕਰੇ ਜੇ ਮਨ ਅੜੀ ਤਖਤਾਂ ਤੇ ਤਾਜਾਂ ਮਗਰ ਭੱਜਣ ਦੀ, ਤਾਂ ਫਿਰ ਕੁਰਲਾਉਣ ਦੇਵੀਂ ਤੇ ਜ਼ਰਾ ਵੀ ਵਿਰਨ ਨਾ ਦੇਵੀਂ। ਵਾਹ, ਬਹੁਤ ਅੱਛੇ, ਫਿਰ ਕੁਰਲਾਉਣ ਦੇਵੀਂ, ਦੁਬਾਰਾ ਬੋਲੋ ਜੀ, ਦੁਬਾਰਾ। ਕਰੇ ਜੇ ਮਨ ਅੜੀ ਤਖਤਾਂ ਤੇ ਤਾਜਾਂ ਮਗਰ ਭੱਜਣ ਦੀ, ਤਾਂ ਫਿਰ ਕੁਰਲਾਉਣ ਦੇਵੀਂ ਤੇ ਜ਼ਰਾ ਵੀ ਵਿਰਨ ਨਾ ਦੇਵੀਂ। ਬਹੁਤ ਅੱਛੇ, ਵਾਹ, ਬਹੁਤ ਅੱਛਾ। ਕਿ ਕਿਸੇ ਨੂੰ ਇਸ ਤਰ੍ਹਾਂ ਲੱਗਦਾ, ਕਿਸੇ ਨੂੰ ਉਸ ਤਰ੍ਹਾਂ ਲੱਗਦਾ, ਕਿਸੇ ਨੂੰ ਇਸ ਤਰ੍ਹਾਂ ਲੱਗਦਾ, ਕਿਸੇ ਨੂੰ ਉਸ ਤਰ੍ਹਾਂ ਲੱਗਦਾ, ਮੈਂ ਸ਼ੀਸ਼ਾ ਹਾਂ, ਹਰੇਕ ਨੂੰ ਹੀ ਮੈਂ ਉਸਦੇ ਵਾਂਗਰਾਂ ਲੱਗਦਾ। ਕਿਆ ਬਾਤ ਹੈ, ਬਹੁਤ ਅੱਛਾ, ਬਹੁਤ ਅੱਛਾ, ਵਾਹ ਵਾਹ ਵਾਹ, ਧੰਨਵਾਦ, ਸ਼ੁਕਰੀਆ। ਕਿਸੇ ਨੂੰ ਇਸ ਤਰ੍ਹਾਂ ਲੱਗਦਾ, ਕਿਸੇ ਨੂੰ ਉਸ ਤਰ੍ਹਾਂ ਲੱਗਦਾ, ਮੈਂ ਸ਼ੀਸ਼ਾ ਹਾਂ, ਹਰੇਕ ਨੂੰ ਹੀ ਮੈਂ ਉਸਦੇ ਵਾਂਗਰਾਂ ਲੱਗਦਾ। ਭਲਾ ਮੈਂ ਉਸਦੇ ਜ਼ਹਿਨ ਚੋਂ ਬੜੇ ਕੰਡੇ ਹਟਾਏ ਨੇ, ਭਲਾ ਮੈਂ ਉਸਦੇ ਜ਼ਹਿਨ ਚੋਂ ਬੜੇ ਕੰਡੇ ਹਟਾਏ ਨੇ, ਉਹਨੂੰ ਫਿਰ ਵੀ ਮੈਂ ਉਸਦੇ ਪੋਟਿਆਂ ਵਿੱਚ ਛਿਲਤਰਾਂ ਲੱਗਦਾ। ਬਹੁਤ ਅੱਛੇ, ਵਾਹ ਵਾਹ, ਕੀ ਬਾਤ ਹੈ, ਦੁਬਾਰਾ ਬੋਲੋ ਸੁਨੀਲ ਜੀ। ਕਰੇ ਜੇ ਹਾਂ, ਭਲਾ ਮੈਂ ਉਸਦੇ ਜ਼ਹਿਨ ਚੋਂ ਬੜੇ ਕੰਡੇ ਹਟਾਏ ਨੇ, ਭਲਾ ਮੈਂ ਉਸਦੇ ਜ਼ਹਿਨ ਚੋਂ ਬੜੇ ਕੰਡੇ ਹਟਾਏ ਨੇ, ਉਹਨੂੰ ਫਿਰ ਵੀ ਮੈਂ ਉਸਦੇ ਪੋਟਿਆਂ ਵਿੱਚ ਛਿਲਤਰਾਂ ਲੱਗਦਾ। ਵਾਹ, ਬਹੁਤ ਅੱਛੇ, ਬਹੁਤ ਵਧੀਆ, ਬਹੁਤ ਸ਼ੁਕਰੀਆ। ਇੱਕ ਹੋਰ ਗਜ਼ਲ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਮੌਤ ਮੌਤ ਸਾਹਮਣੇ ਆ ਬੈਠੀ, ਮੈਂ ਡਰਿਆ ਹੀ ਨਹੀਂ। ਮੌਤ ਸਾਹਮਣੇ ਆ ਬੈਠੀ, ਮੈਂ ਡਰਿਆ ਹੀ ਨਹੀਂ। ਜ਼ਿੰਦਗੀ ਇਹ ਤੂੰ ਦਿਸ ਗਈ, ਜ਼ਿੰਦਗੀ ਇਹ ਤੂੰ ਦਿਸ ਗਈ ਤੇ ਮੈਂ ਮਰਿਆ ਹੀ ਨਹੀਂ। ਬਹੁਤ ਅੱਛੇ, ਵਾਹ, ਸ਼ੇਰ ਸੁਣਾਂਗੇ।
ਧਾਰ ਲਿਆ ਜਦ ਦੋ ਰੂਹਾਂ ਨੂੰ ਮੇਲਣ ਦਾ, ਧਾਰ ਲਿਆ ਜਦ ਦੋ ਰੂਹਾਂ ਨੂੰ ਮੇਲਣ, ਝਨਾ ਨੇ ਲਾਇਆ ਪਰ ਮੈਂ ਖਰਿਆ ਹੀ ਨਹੀਂ। ਹਾਂਜੀ ਹਾਂਜੀ ਜੀ ਸੁਨੀਲ ਜੀ, ਧਾਰ ਲਿਆ ਜਦ ਦੋ ਰੂਹਾਂ ਨੂੰ ਮੇਲਣ ਦਾ, ਜ਼ੋਰ ਝਨਾ ਨੇ ਲਾਇਆ ਪਰ ਮੈਂ ਖਰਿਆ ਹੀ ਨਹੀਂ। ਵਾਹ ਹਾਂ, ਬਹੁਤ ਅੱਛੇ, ਬਹੁਤ ਅੱਛੇ, ਵਾਹ ਉਹ ਆਖੇ, ਕਿਆ ਬਾਤ। ਉਹ ਆਖੇ ਜੇ ਵਗਣਾ ਤਾਂ ਕੰਢਿਆਂ ਵਿੱਚ ਵਹਿ, ਹਾਂ ਉਹ ਆਖੇ ਜੇ ਵਗਣਾ ਤਾਂ ਕੰਢਿਆਂ ਵਿੱਚ ਵਹਿ, ਤੋੜ ਤੂੜ ਤੇ ਕੰਢੇ ਮੇਰਾ ਸਰਿਆ ਹੀ ਨਹੀਂ। ਕਿਆ ਬਾਤ ਆ ਰਹੇ, ਵਾਹ ਵਾਹ ਬਾਤ ਬੋਲੋ ਜੀ, ਕਿਆ ਬਾਤ ਨੂੰ ਜੀ, ਉਹ ਆਖੇ, ਉਹ ਆਖੇ ਜੇ ਵਗਣਾ ਤਾਂ ਕੰਢਿਆਂ ਵਿੱਚ ਵਹਿ, ਤੋੜ ਤੂੜ ਤੇ ਵਾਹ ਕੰਢੇ ਮੇਰਾ ਸਰਿਆ ਹੀ ਨਹੀਂ। ਸਰਿਆ ਨਹੀਂ, ਵਾਹ ਸ਼ਰਤ ਉਹਦੀ ਕੁਰਸੀ ਲਈ ਸੀਸ ਝੁਕੇ ਹੋਣਾ, ਸ਼ਰਤ ਉਹਦੀ ਕੁਰਸੀ ਲਈ ਸੀਸ ਝੁਕੇ ਹੋਣਾ, ਖੁਦਦਾਰਾਂ ਨੇ ਪੈਰ ਅਗਾਂਹ ਨੂੰ ਧਰਿਆ ਹੀ ਨਹੀਂ। ਧਰਿਆ ਹੀ ਨਹੀਂ, ਕਿਆ ਬਾਤ ਹੈ, ਵਾਹ ਬਹੁਤ ਬਹੁਤ ਅੱਛੇ, ਅੱਛਾ, ਵਾਹ ਵਾਹ ਸ਼ਰਤ ਉਹਦੀ ਕੁਰਸੀ ਲਈ ਸੀਸ ਝੁਕੇ ਹੋਣਾ, ਖੁਦਦਾਰਾਂ ਨੇ ਪੈਰ ਅਗਾਂਹ ਨੂੰ ਧਰਿਆ ਹੀ ਨਹੀਂ। ਧਰਿਆ ਹੀ ਨਹੀਂ, ਵਾਹ ਸ਼ੇਰ ਸੁਣਨਾ ਕਿ ਮੈਨੂੰ ਉਸਦੀ ਤੇਹ ਵਿੱਚ ਜਦ ਕੁਝ ਨਾ ਦਿਸਿਆ, ਮੈਨੂੰ ਉਸਦੀ ਤੇਹ ਵਿੱਚ ਜਦ ਕੁਝ ਨਾ ਦਿਸਿਆ, ਮੈਨੂੰ ਉਸਦੀ ਤੇ ਵਿੱਚ ਜਦ ਕੁਝ ਨਾ ਦਿਸਿਆ, ਭਰਿਆ ਪੀਤਾ ਮੁੜ ਆਇਆ ਮੈਂ ਭਰਿਆ ਹੀ ਨਹੀਂ। ਵਾਹ ਕਿਆ ਬਾਤ ਹੈ, ਬਹੁਤ ਅੱਛਾ ਸੁਨੀਲ ਜੀ, ਬਹੁਤ ਬਹੁਤ ਕਮਾਲ ਲੱਗਿਆ, ਦੁਬਾਰਾ ਬੋਲੇ ਜੀ, ਦੁਬਾਰਾ, ਵਾਹ 97ਵੀਂ ਜੀ, ਦੁਬਾਰਾ ਬਹੁਤ ਬੋਲੇ, ਵਾਹ ਵਧੀਆ, ਬਹੁਤ ਵਾਹ, ਸ਼ੁਕਰੀਆ ਕਿਆ ਜੀ। ਬਾਤ, ਮੈਨੂੰ ਉਸਦੀ ਤੇ ਵਿੱਚ ਜਦ ਕੁਝ ਨਾ ਦਿਸਿਆ, ਭਰਿਆ ਪੀਤਾ ਮੁੜ ਆਇਆ ਮੈਂ ਭਰਿਆ ਹੀ ਨਹੀਂ। ਵਾਹ ਨਹੀਂ, ਵਾਹ ਇੱਕ ਸ਼ੇਰ ਹੈ ਕਿ ਉਸਦੀ ਕਿਣਮਿਣ ਨੇ ਮੈਨੂੰ ਖਾਲੀ ਕਰਤਾ, ਉਸਦੀ ਕਿਣਮਿਣ ਨੇ ਮੈਨੂੰ ਖਾਲੀ ਮੈਨੇ ਕਰਤਾ, ਮੈਨੂੰ ਖਾਲੀ ਕਰਤਾ, ਵਾਹ ਉਸਦੀ ਕਿਣਮਿਣ ਨੇ ਮੈਨੂੰ ਖਾਲੀ ਕਰਤਾ, ਐਸਾ ਖਾਲੀ ਹੋਇਆ ਮੁੜ ਕੇ ਭਰਿਆ ਹੀ ਨਹੀਂ। ਭਰਿਆ ਹੀ, ਕਿਆ ਬਾਤ ਹੈ, ਬਹੁਤ ਅੱਛਾ, ਦੁਬਾਰਾ ਸੁਣਾਓ। ਸਵਾਦ ਹੈ, ਦੁਬਾਰਾ ਸੁਣਾਓ ਜੀ ਪਲੀਜ਼। ਹਾਂ ਦੁਬਾਰਾ ਉਸਦੀ, ਹਾਂਜੀ ਉਸਦੀ ਕਿਣਮਿਣ ਨੇ ਮੈਨੂੰ ਖਾਲੀ ਕਰਤਾ, ਖਾਲੀ, ਵਾਹ ਉਸਦੀ ਕਿਣਮਿਣ ਨੇ ਮੈਨੂੰ ਨਹੀਂ ਖਾਲੀ ਕਰਤਾ, ਖਾਲੀ ਕਰ, ਐਸਾ ਖਾਲੀ ਹੋਇਆ ਮੁੜ ਕੇ ਭਰਿਆ ਹੀ ਨਹੀਂ, ਮੁੜ ਕੇ ਭਰਿਆ ਹੀ ਨਹੀਂ, ਮੁੜ ਕੇ ਭਰਿਆ ਹੀ ਨਹੀਂ, ਵਾਹ ਕਿਆ ਬਾਤ ਹੈ, ਬਹੁਤ ਵਾਹ, ਬਹੁਤ ਅੱਛਾ, ਬਹੁਤ ਸ਼ੁਕਰੀਆ ਅੱਛਾ, ਜੀ, ਸ਼ੁਕਰੀਆ। ਵਾਹ ਕਿਆ ਬਾਤ ਹੈ, ਜਾਣਿਆ ਜਾਣਿਆ ਹੁਣ ਤੀਕ ਮੈਂ ਕੋਈ ਵੀ ਸ਼ੈ ਅੰਤਮ ਨਹੀਂ, ਜਾਣਿਆ ਹੁਣ ਤੀਕ ਮੈਂ ਕੋਈ ਵੀ ਸ਼ੈ ਅੰਤਮ ਨਹੀਂ, ਵਕਤ ਦੇ ਫੱਟਾਂ ਦਾ ਹੁਣ ਤੱਕ ਵੀ ਕਿਤੇ ਮਰਹਮ ਨਹੀਂ। ਵਾਹ ਬਹੁਤ ਅੱਛੇ, ਵਾਹ ਵਾਹ, ਹਾਂ ਜੇ ਕੋਈ ਧੁਨ ਧੁਰ ਕਲੇਜੇ ਤੀਕ ਲਰਜੇ ਸੁਰਗ ਹੈ, ਜੇ ਕੋਈ ਧੁਨ ਧੁਰ ਕਲੇਜੇ ਤੀਕ ਲਰਜੇ ਸੁਰਗ ਹੈ, ਜ਼ਿੰਦਗੀ ਬੇਰਸ ਜਿਹੀ ਹੈ ਜੇ ਕਿਤੇ ਸਰਗਮ ਨਹੀਂ। ਵਾਹ ਬਹੁਤ ਅੱਛੇ, ਵਾਹ ਇਹ ਕਰੁੰਬਲ ਵਾਂਗ ਫੁੱਟਦੇ ਨੇ ਤੇ ਝੜ ਜਾਂਦੇ ਨੇ ਫਿਰ, ਇਹ ਕਰੁੰਬਲ ਵਾਂਗ ਫੁੱਟਦੇ ਨੇ ਤੇ ਝੜ ਜਾਂਦੇ ਨੇ ਫਿਰ, ਚਿਰ ਸਥਾਈ ਕੁਝ ਨਹੀਂ, ਖੇੜਾ ਨਹੀਂ ਤੇ ਗਮ ਨਹੀਂ। ਕੈਦ ਮੈਂ ਖੁਦ ਨੂੰ ਬੜੇ ਅਰਸੇ ਤੋਂ ਕਰਕੇ ਰੱਖਿਆ, ਕੈਦ ਮੈਂ ਖੁਦ ਨੂੰ ਬੜੇ ਅਰਸੇ ਤੋਂ ਕਰਕੇ ਰੱਖਿਆ, ਮੈਥੋਂ ਵੱਧ ਜ਼ਾਲਿਮ ਕਿਤੇ ਦਿਸਿਆ ਕੋਈ ਹਾਕਮ ਨਹੀਂ, ਕੋਈ ਹਾਕਮ ਨਹੀਂ। ਵਾਹ ਬਹੁਤ ਅੱਛੇ, ਵਾਹ ਵਾਹ, ਸ਼ੁਕਰੀਆ। ਇੱਕ ਸ਼ੇਰ ਦੇਖਣਾ ਕਿ ਮੈਂ ਸਦਾ ਲਟ ਲਟ ਬਣਾਂਗਾ ਜਿੰਨਾ ਵੀ ਮੌਕਾ ਮਿਲੂ, ਮੈਂ ਸਦਾ ਲਟ ਲਟ ਬਣਾਂਗਾ ਜਿੰਨਾ ਵੀ ਮੌਕਾ ਮਿਲੂ, ਪੌਣ ਮੇਰੀ ਲੋ ਨੂੰ ਕਰ ਸਕਦੀ ਕਦੇ ਮੱਧਮ ਨਹੀਂ। ਮੈਂ ਸਦਾ ਲਟ ਲਟ ਬਣਾਂਗਾ ਜਿੰਨਾ ਵੀ ਮੌਕਾ ਮਿਲੂ, ਮੈਂ ਸਦਾ ਲਟ ਲਟ ਬਣਾਂਗਾ ਜਿੰਨਾ ਵੀ ਮੌਕਾ ਮਿਲੂ, ਕੌਣ ਮੇਰੀ ਲੋ ਨੂੰ ਕਰ ਸਕਦੀ ਕਦੇ ਮੱਧਮ ਨਹੀਂ, ਜਾਣਿਆ ਹੁਣ ਤੀਕ ਮੈਂ ਕੋਈ ਵੀ ਸ਼ੈ ਅੰਤਮ ਨਹੀਂ, ਵਕਤ ਦੇ ਫੱਟਾਂ ਦਾ ਹੁਣ ਤੱਕ ਵੀ ਕਿਤੇ ਮਰਹਮ ਨਹੀਂ। ਵਾਹ ਵਾਹ,
ਮੇਰੇ ਖਿਆਲ ਨਾਲ ਕਿਆ ਬਾਤ ਹੈ ਸੁਨੀਲ ਜੀ, ਮਤਲਬ ਆਨੰਦ ਆ ਗਿਆ ਜਿਵੇਂ ਕਹਿੰਦੇ, ਮਜ਼ਾ ਆ ਗਿਆ, ਧੰਨਵਾਦ ਸਵਾਦ ਆ ਗਿਆ। ਔਰ ਧੰਨਵਾਦ ਮਤਲਬ ਧੰਨਵਾਦ ਇਹ ਗੱਲ ਮੇਰੇ ਖਿਆਲ ਨਾਲ ਮੈਂ ਇਕੱਲਾ ਹੀ ਨਹੀਂ ਕਹਿ ਰਿਹਾ, ਚਾਹੇ ਕੋਚਰ ਪੈਂਚੀ ਨੇ, ਚਾਹੇ ਬਲਜਿੰਦਰ ਹੋਣੀ ਨੇ, ਔਰ ਜੋ ਇਸ ਟਾਈਮ ਬਹੁਤ ਦਰਸ਼ਕ ਦੇਖ ਸ਼ੁਕਰੀਆ ਰਹੇ ਨੇ ਉਹਨਾਂ ਦੇ ਸ਼ੁਕਰੀਆ ਕਮੈਂਟਸ ਦੱਸ ਰਹੇ ਨੇ ਕਿ ਵਾਕਿਆ ਵੀ ਕਿਆ ਬਾਤ ਹੈ, ਵਾਹ। ਧੰਨਵਾਦ ਔਰ ਕੁਝ ਨਾਮ ਜ਼ਰੂਰ ਲੈਣਾ ਚਾਹੁੰਦਾ ਜਿਹੜੇ ਸਾਡੇ ਇਸ ਟਾਈਮ ਜੁੜੇ ਨੇ, ਸਾਡੇ ਦਰਸ਼ਕ ਕੈਲਾਸ਼ ਮਲੋਈ ਸਰ, ਸੰਦੀਪ ਕੌਰ ਚੀਮਾ ਜੀ, ਅਮਨਦੀਪ ਸਿੰਘ ਗਰੋਵਰ ਜੀ, ਸਿਮੀ ਧੀਮਾਨ ਜੀ, ਔਰ ਨਿਰੰਜਨ ਸੁਖਮ ਜੀ, ਕਰਨਜੀਤ ਦਰਦ ਜੀ, ਮਲਕੀਤ ਕੋਟਲੀ ਜੀ, ਗੁਰਚਰਨ ਸਿੰਘ ਜੋਗੀ ਭਾਜੀ, ਰਾਕੇਸ਼ ਵਰਮਾ ਜੀ, ਔਰ ਕੁਲਵਿੰਦਰ ਕੰਵਲ ਜੀ, ਸਿਮੀ ਧੀਮਾਨ ਜੀ, ਔਰ ਸਤੀਸ਼ ਕੁਮਾਰ ਪਾਟੀਆ ਜੀ, ਰਜਿੰਦਰਜੀਤ ਵੀ ਦੇਖ ਰਹੇ ਨੇ ਤੁਹਾਡੇ, ਤੁਹਾਡੇ ਖਾਸ ਤੁਹਾਡੇ ਮੁਹੱਬਤ ਤੁਹਾਡੀ, ਔਰ ਨਿਰੰਜਨ ਸੁਖਮ ਜੀ, ਔਰ ਹੋਰ ਵੀ ਬਹੁਤ ਸਾਰੇ ਜੋ ਦੋਸਤ ਇਸ ਨੂੰ ਜੁੜੇ ਨੇ। ਬੜੀ ਖੁਸ਼ੀ ਦੀ ਗੱਲ ਹੋ ਰਹੀ ਹੈ ਕਿ ਚਲੋ ਸਾਰੇ ਇੰਨਾ ਮਤਲਬ ਪਿਆਰ, ਇੰਨੀ ਮੁਹੱਬਤ ਮਿਲਦੀ ਆ, ਤੇ ਮੇਰੇ ਖਿਆਲ ਨਾਲ ਬਿਲਕੁਲ, ਔਰ ਇਹ ਮੁਹੱਬਤ ਮਿਲ ਰਹੀ ਹੈ ਪੰਜਾਬੀ ਨੂੰ, ਇੱਕ ਪੰਜਾਬੀ ਸਾਹਿਤ ਨੂੰ, ਪੰਜਾਬੀ ਦੀ ਪ੍ਰਫੁੱਲਤਾ ਵਾਸਤੇ ਸਾਰੇ ਕੰਮ ਕਰ ਰਹੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ, ਕਿਆ ਬਾਤ ਹੈ, ਬੜਾ ਆਨੰਦ ਆਇਆ ਜੀ, ਵਾਹ। ਇਸ ਤੋਂ ਅੱਗੇ ਚੱਲਦੇ ਹਾਂ, ਬੜੀ ਮਾਣ ਦੀ ਗੱਲ, ਸਾਡੇ ਖਾਸ ਮਹਿਮਾਨ ਨੇ ਸਾਡੇ ਵਿੱਚ ਡਾਕਟਰ ਗੁਰਚਰਨ ਕੌਰ ਕੋਚਰ ਜੀ, ਔਰ ਜੇ ਮੈਂ ਗੱਲ ਕਰਾਂ ਇਹਨਾਂ ਦੇ ਕੰਮ ਬਾਰੇ, ਤੇ ਇੱਕ ਲੰਬੀ ਸੂਚੀ ਹੈ ਜੀ, ਪਰ ਮੈਂ ਗੱਲ ਕਰਾਂਗਾ ਸੰਖੇਪ ਵਿੱਚ। ਤੇ ਹੁਣ ਤੱਕ ਇਹਨਾਂ ਦੀਆਂ ਕੁੱਲ ਪ੍ਰਕਾਸ਼ਿਤ ਪੁਸਤਕਾਂ ਨੇ 13 13 ਪੁਸਤਕਾਂ ਵਿੱਚੋਂ 6 ਗਜ਼ਲ ਸੰਗ੍ਰਹਿ ਹਨ, ਔਰ ਗਜ਼ਲ ਦੇ ਖੇਤਰ ਵਿੱਚ ਇਹਨਾਂ ਦੀ ਇੱਕ ਨਿਵੇਕਲੀ ਪਛਾਣ ਹੈ, ਇਹਦੇ ਵਿੱਚ ਆਪਾਂ ਇਸ ਗੱਲ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਉੱਤਮ ਅਧਿਆਪਕਾਂ ਦਾ ਔਰ ਰਾਜ ਪੁਰਸਕਾਰ ਮਿਲਿਆ, ਸਟੇਟ ਅਵਾਰਡ ਮਿਲਿਆ, ਔਰ ਭਾਰਤ ਸਰਕਾਰ ਵੱਲੋਂ ਬੇਸਿਕਲੀ ਉਸ ਸਮੇਂ ਦੇ ਜੋ ਰਾਸ਼ਟਰਪਤੀ ਸਨ ਡਾਕਟਰ APJ ਅਬਦੁਲ ਕਲਾਮ ਜੀ ਵੱਲੋਂ ਨੈਸ਼ਨਲ ਅਵਾਰਡ ਮਿਲਿਆ, ਕੌਮੀ ਪੁਰਸਕਾਰ ਮਿਲਿਆ। ਔਰ ਸਾਹਿਤ ਦੇ ਖੇਤਰ ਵਿੱਚ ਜੇ ਗੱਲ ਕਰੀਏ ਤਾਂ ਅਨੇਕਾਂ ਹੀ ਵਕਾਰੀ ਔਰ ਮਿਆਰੀ ਜਿਹੜੇ ਪੁਰਸਕਾਰ ਮਿਲੇ ਹਨ, ਕੁਛ ਨਾਮ ਲੈਣਾ ਚਾਹਾਂਗਾ। ਵਿਰਸਾ ਪੰਜਾਬ ਦਾ, ਅੰਮ੍ਰਿਤਾ ਪ੍ਰੀਤਮ ਯਾਦਗਾਰੀ ਅਵਾਰਡ, ਧੀ ਪੰਜਾਬ ਦੀ, ਔਰ ਹੋਰ ਵੀ ਅਨੇਕਾਂ ਪੁਰਸਕਾਰ। ਔਰ ਵੱਡੀ ਗੱਲ ਇਹ ਕਿ ਮੈਂ ਇਹਨਾਂ ਬਾਰੇ ਖਾਸ ਗੱਲ ਹੈ ਕਿ ਇਹ ਨਵੀਆਂ ਕਲਮਾਂ ਹਮੇਸ਼ਾ ਯਤਨਸ਼ੀਲ ਰਹਿੰਦੇ ਕਿ ਉਹਨਾਂ ਨੂੰ ਪ੍ਰਫੁੱਲਤ ਕੀਤਾ ਜਾਵੇ, ਉਹਨਾਂ ਨੂੰ ਹੋਰ ਹੌਸਲਾ ਬਖਸ਼ਿਆ ਜਾਵੇ, ਔਰ ਇਹ ਹਮੇਸ਼ਾ ਹੀ ਯਤਨਸ਼ੀਲ ਹੁੰਦੇ ਹਨ। ਲੁਧਿਆਣੇ ਵਿੱਚ ਮੈਂ ਦੇਖਿਆ ਕਿ ਕੋਈ ਨਾ ਕੋਈ ਪ੍ਰੋਗਰਾਮ, ਕੋਈ ਨਾ ਕੋਈ ਗਤੀਵਿਧੀ ਨਾਲ ਜੁੜ ਜਾਂਦੇ ਹਨ, ਔਰ ਬੜੀ ਖੁਸ਼ੀ ਹੁੰਦੀ ਜਦੋਂ ਇੰਨੇ ਸਰਗਰਮ ਰਹਿੰਦੇ ਹਨ। ਚੰਦਿਆਨਵੀ ਜੀ, ਬਲਜਿੰਦਰ ਜੀ, ਤੁਹਾਡੇ ਨਾਲ ਇਹਨਾਂ ਦੀਆਂ ਚੰਦ ਲਾਈਨਾਂ ਸਾਂਝੀ ਕਰਦਾ ਮੈਂ, ਔਰ ਦਰਸ਼ਕਾਂ ਨਾਲ ਵੀ। ਹਾਂਜੀ, ਡਾਕਟਰ ਕੋਚਰ ਲਿਖਦੇ ਹਨ ਕਿ ਰਾਤ ਮੁੱਕੀ ਹੈ ਸਵੇਰਾ ਆ ਗਿਆ, ਰਾਤ ਮੁੱਕੀ ਹੈ ਸਵੇਰਾ ਆ ਗਿਆ, ਚਾਨਣਾ ਦਾ ਫਿਰ ਤੋਂ ਡੇਰਾ ਆ ਗਿਆ। ਔਰ ਇੱਕ ਸ਼ੇਰ ਬਤੌਰੇ ਖਾਸ ਹੈ ਕਿ ਹੱਕ ਬਰਾਬਰ ਮੰਗ ਰਹੀ ਅੱਜ ਨਾਰਵੀ, ਹੱਕ ਬਰਾਬਰ ਮੰਗ ਰਹੀ ਅੱਜ ਨਾਰਵੀ, ਨਾਰ ਵਿੱਚ ਇੰਨਾ ਕੁਜੇਰਾ ਆ ਗਿਆ, ਨਾਰ ਵਿੱਚ ਇੰਨਾ ਕੁਜੇਰਾ ਆ ਗਿਆ। ਔਰ ਔਰ ਗੱਲ ਕਰਦੇ ਨੇ, ਜਦੋਂ ਇਹ ਗੱਲ ਕਰਦੇ ਨੇ ਕਿ ਜਦੋਂ ਗੱਲ ਕਰਦੇ ਨੇ ਔਰਤ ਦੀ, ਗੱਲ ਕਰਦੇ ਨੇ ਨਾਰੀ ਦੀ, ਗੱਲ ਕਰਦੇ ਨੇ ਉਹਦੇ ਬਰਾਬਰ ਹੱਕਾਂ ਦੀ ਗੱਲ ਕਰਦੇ ਨੇ, ਸੋ ਬੜੀ ਬੜੀ ਖੁਸ਼ੀ ਹੁੰਦੀ ਆ। ਸੋ ਸੁੱਖੋ ਚਿਰਪਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ। ਮੈਨੂੰ ਲੱਗਦਾ ਕਈ ਵਾਰੀ ਹੋ ਜਾਂਦਾ, ਪਰ ਬਾਕੀ ਸੁਨੀਲ ਜੀ, ਮੇਰੇ ਖਿਆਲ ਨਾਲ ਕਈ ਵਾਰੀ ਏਦਾਂ ਹੋ ਜਾਂਦਾ ਦਰਸ਼ਕਾਂ ਨੂੰ ਵੀ ਗੁਸਤਾਖੀ ਮਾਫ਼ ਕਈ ਵਾਰੀ, ਔਰ ਖਾਸ ਤੌਰ ਤੇ ਮੈਂ ਦੇਖਦਾ ਕਿ ਜਦੋਂ ਆਪਾਂ ਜਿਹੜੀ ਆਪਣੀ ਯੁਵਾ ਪੀੜ੍ਹੀ ਹੈ ਜਿਹੜੀ, ਹੈ ਨਾ, ਉਹ ਬਹੁਤ ਟੈਕਨੀਕਲੀ ਬਹੁਤ ਸਾਊਂਡ ਹੁੰਦੇ ਨੇ ਕਿਸੇ ਵੀ, ਤੇ ਥੋੜਾ ਜਿਹਾ ਹੋ ਜਾਂਦਾ ਕਈ ਵਾਰੀ, ਪਰ ਮੈਨੂੰ ਖੁਸ਼ੀ ਹੋਈ ਕਿ ਜਦੋਂ ਗੱਲ ਕਰਦੇ ਨੇ ਔਰਤ ਦੀ, ਗੱਲ ਕਰਦੇ ਨੇ ਨਾਰੀ ਦੀ, ਗੱਲ ਕਰਦੇ ਨੇ ਆਪਣੇ ਆਪਣੇ ਗਜ਼ਲਾਂ ਵਿੱਚ, ਆਪਣੇ ਸੰਵਾਦ ਵਿੱਚ, ਤੇ ਮਨ ਨੂੰ ਚੰਗਾ ਲੱਗਦਾ। ਸੋ ਤਦ ਤੱਕ ਬਸ ਮੈਂ ਇਹ ਗੱਲ ਕਰਾਂਗਾ ਵੀ ਦਰਸ਼ਕਾਂ ਨੂੰ, ਦਰਸ਼ਕਾਂ ਤੁਹਾਡੇ ਤੁਹਾਡੇ ਮਨ 'ਚ ਜੇ ਕੋਈ ਵੀ ਸਵਾਲ ਆ ਰਿਹਾ ਹੋਵੇ ਜਾਂ ਕੋਈ ਤੁਹਾਡੇ ਤੋਂ, ਤੁਸੀਂ ਪਲੀਜ਼ ਇਹ ਪੋਸਟ ਕਰ ਦਿਓ, ਔਰ ਮੈਨੂੰ ਮੈਂ ਯਤਨ ਕਰਾਂਗਾ ਤੁਹਾਡਾ ਜਿਹੜਾ ਸਵਾਲ ਹੈ ਕੋਈ ਵੀ ਹੋਵੇ ਉਹ ਦਰਸ਼ਕਾਂ ਕੋਲ ਜਾਂ ਆਪਣੇ ਜਿਹੜੇ ਮਹਿਮਾਨ ਨੇ ਉਹਨਾਂ ਕੋਲ ਪੁੱਛਿਆ ਜਾਵੇ। ਔਰ ਮੈਨੂੰ ਵੈਸੇ ਖੁਸ਼ੀ ਹੋ ਰਹੀ ਹੈ ਕਿ ਸੁਨੀਲ ਜੀ ਖੁਸ਼ੀ ਇਸ ਗੱਲ ਦੀ ਕਿ ਰਜਿੰਦਰ ਜੀ ਤੁਸੀਂ ਪ੍ਰੋਗਰਾਮ ਦੇਖ ਰਹੇ ਨੇ, ਇਸ ਗੱਲ ਦੀ ਖੁਸ਼ੀ ਹੈ ਯੂਕੇ 'ਚ, ਸੋ ਚੰਗਾ ਲੱਗਦਾ ਹੈ, ਚੰਗਾ ਲੱਗਦਾ ਇੱਕ। ਮੈਡਮ ਤੁਸੀਂ ਆਪਣਾ, ਤੁਸੀਂ ਅਨਮਿਊਟ ਕਰ ਲਿਓ ਆਪਣੇ ਆਪ ਨੂੰ। ਪਤਾ ਨਹੀਂ ਕਿਉਂ ਬੰਦ ਹੋ ਗਿਆ ਸੀ ਨਾ, ਕੋਈ ਗੱਲ ਨਹੀਂ ਮੈਡਮ। ਹਾਂਜੀ,
ਤੇ ਤੁਹਾਡਾ ਸਵਾਗਤ ਹੈ ਮੈਡਮ, ਤੁਹਾਨੂੰ ਤੁਹਾਨੂੰ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਆਪਣੇ ਕਲਾਮ ਨਾਲ ਸਾਨੂੰ ਔਰ ਦਰਸ਼ਕਾਂ ਨੂੰ ਵਾਜੋ ਪਲੀਜ਼। ਮੈਡਮ ਗੁਰਚਰਨ ਕੌਰ ਕੋਚਰ ਜੀ ਹਾਂਜੀ, ਕਲਮ ਜੀ, ਦੇ ਅਨਸੰਗ ਪ੍ਰੋਗਰਾਮ ਦੇ ਰੂਹੇ ਰੂਹਾਂ, ਬਹੁਤ ਹੀ ਸਤਿਕਾਰਯੋਗ ਰਾਜਲਾ ਜੀ ਬਟਾਲਾ ਜੀ, ਔਰ ਸਾਡੇ ਬਹੁਤ ਪਿਆਰੇ ਸ਼ਾਇਰ ਸੁਨੀਲ ਚੰਦਿਆਨਵੀ ਜੀ, ਬਲਜਿੰਦਰ ਜੀ, ਔਰ ਇਸ ਪ੍ਰੋਗਰਾਮ ਨੂੰ ਦੇਖ ਰਹੇ ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, ਮੇਰੇ ਵੱਲੋਂ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਤੇ ਮੈਂ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਦਿੰਦੀ ਹਾਂ ਰਾਜਲਾ ਜੀ ਬਟਾਲਾ ਜੀ ਨੂੰ, ਜਿਹੜਾ ਕਿ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਅਤੇ ਪ੍ਰਫੁੱਲਤਾ ਲਈ। ਸੱਚਮੁੱਚ ਇਹ ਜਿਹੜੇ ਉਪਰਾਲੇ ਨੇ ਬਹੁਤ ਹੀ ਸ਼ਲਾਘਾਯੋਗ, ਬਹੁਤ ਹੀ ਖੂਬਸੂਰਤ, ਬਹੁਤ ਹੀ ਵਧੀਆ, ਬਹੁਤ ਹੀ ਸਾਰਥਕ ਉਪਰਾਲੇ ਨੇ। ਤੇ ਤਹਿ ਦਿਲੋਂ ਧੰਨਵਾਦ ਵੀ ਕਰਦੀ ਹਾਂ ਰਾਜਲਾ ਜੀ ਦਾ, ਬਟਾਲਾ ਜੀ ਦਾ, ਤੇ ਰਾਗਨੀ ਦਾ ਵੀ, ਜਿਹਨਾਂ ਦੀ ਬਦੌਲਤ ਮੈਂ ਆਪ ਸਾਰਿਆਂ ਦੇ ਰੂਬਰੂ ਹੋ ਸਕੀ ਹਾਂ। ਤੇ ਮੈਂ ਤੁਹਾਡੇ ਨਾਲ ਵੱਖ ਵੱਖ ਗਜ਼ਲਾਂ ਚ ਕੁਛ ਸ਼ੇਅਰ ਸਾਂਝੇ ਕਰਾਂਗੀ। ਰੋਜ਼ ਇੱਕ ਹੰਝੂ ਉਹਦੇ ਕਦਮਾਂ ਤੇ ਮੈਂ ਧਰਿਆ ਕਰਾਂ, ਰੋਜ਼ ਇੱਕ ਹੰਝੂ ਉਹਦੇ ਕਦਮਾਂ ਤੇ ਮੈਂ ਧਰਿਆ ਕਰਾਂ, ਇਸ ਤਰ੍ਹਾਂ ਸੁੱਕੇ ਹੋਏ ਇੱਕ ਬਿਰਖ ਨੂੰ ਹਰਿਆ ਕਰਾਂ। ਰੋਜ਼ ਇੱਕ ਹੰਝੂ ਉਹਦੇ ਕਦਮਾਂ ਚ ਮੈਂ ਧਰਿਆ ਕਰਾਂ, ਇਸ ਤਰ੍ਹਾਂ ਸੁੱਕੇ ਹੋਏ ਇੱਕ ਬਿਰਖ ਨੂੰ ਹਰਿਆ ਕਰਾਂ, ਵੇਖ ਕੇ ਵੇਖ ਕੇ ਝੁਗਿਆਂ ਦਾ ਨੇਰਾ, ਇਹੀ ਖਾਹਿਸ਼ ਹੈ ਮੇਰੀ, ਵੇਖ ਕੇ ਝੁਗਿਆਂ ਦਾ ਨੇਰਾ, ਇਹੀ ਖਾਹਿਸ਼ ਹੈ ਮੇਰੀ, ਮੈਂ ਵੀ ਕੋਚਰ ਬਣ ਕੇ ਜੁਗ ਨੂੰ ਰੋਸ਼ਨੀ ਕਰਿਆ ਕਰਾਂ, ਮੈਂ ਵੀ ਕੋਚਰ ਬਣ ਕੇ ਜੁਗ ਨੂੰ ਰੋਸ਼ਨੀ ਕਰਿਆ ਕਰਾਂ। ਸ਼ੇਅਰ ਤੇ ਕੁਛ ਸ਼ੇਅਰ, ਕਿਉਂਕਿ ਮੈਂ ਅਕਸਰ ਯੂਨੀਵਰਸਿਟੀ ਕਾਲਜਾਂ ਚ ਜਾ ਕੇ ਜਿਹੜੇ ਬੱਚਿਆਂ ਨੂੰ ਦੋ ਸ਼ੇਅਰ ਬੋਲਦੀ ਸੀ, ਪਰ ਉਹ ਕੋਰੋਨਾ ਦੇ ਦੌਰ ਚ ਹੋਰ ਵੀ ਉਹ ਵੀ ਸਾਰਥਕ ਹੋ ਗਿਆ। ਮੁਹੱਬਤ ਵਾਸਤੇ ਤਾਂ ਦਿਲ ਦਾ ਵਿਹੜਾ ਮੋਕਲਾ ਰੱਖਣਾ, ਮੁਹੱਬਤ ਵਾਸਤੇ ਤਾਂ ਦਿਲ ਦਾ ਵਿਹੜਾ ਮੋਕਲਾ ਰੱਖਣਾ, ਤੇ ਸਾਰੇ ਨਫ਼ਰਤਾਂ ਸੰਗ ਨਾ ਕੋਈ ਵੀ ਵਾਸਤਾ ਰੱਖਣਾ, ਜ਼ਿਆਦਾ ਨੇੜਤਾ ਵੀ, ਜ਼ਿਆਦਾ ਨੇੜਤਾ ਵੀ ਦੂਰੀਆਂ ਨੂੰ ਜਨਮ ਦਿੰਦੀ ਹੈ, ਜ਼ਿਆਦਾ ਨੇੜਤਾ ਵੀ ਦੂਰੀਆਂ ਨੂੰ ਜਨਮ ਦਿੰਦੀ ਹੈ, ਜੇ ਸੱਚਮੁੱਚ ਨੇੜੇ ਹੋਣਾ ਹੈ ਤਾਂ ਥੋੜਾ ਫਾਸਲਾ, ਜ਼ਿਆਦਾ ਨੇੜਤਾ ਵੀ ਦੂਰੀਆਂ ਨੂੰ ਜਨਮ ਦਿੰਦੀ ਹੈ, ਜੇ ਸੱਚਮੁੱਚ ਨੇੜੇ ਹੋਣਾ ਹੈ ਤਾਂ ਥੋੜਾ ਫਾਸਲਾ ਰੱਖਣਾ, ਜੇ ਸੱਚਮੁੱਚ ਨੇੜੇ ਹੋਣਾ ਹੈ ਤਾਂ ਦੋ ਗਜ਼ ਫਾਸਲਾ ਰੱਖਣਾ। ਮੈਂ ਕੁੜੀਆਂ ਨੂੰ ਅੱਜ ਮੈਂ ਜਾਣਦੀ ਹਾਂ, ਕਿਉਂਕਿ ਪੰਜਾਬ ਇਸਤਰੀ ਸਭਾ ਦੀ ਮੈਂ ਪ੍ਰੈਜੀਡੈਂਟ ਹਾਂ, ਤੇ ਮੈਨੂੰ ਰਿਮੋਟ ਕਾਰਨਰਸ ਵਿੱਚ ਜਾਣਾ ਪੈਂਦਾ ਹੈ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ, ਤਾਂ ਉੱਥੇ ਜਦੋਂ ਇੱਕ ਬੱਚੀ ਆ ਜਾਏ ਤਾਂ ਉਦੋਂ ਵੀ ਕਹਿੰਦੇ ਨੇ ਪੱਥਰ ਆ ਗਿਆ, ਪਰ ਜਦੋਂ ਦੂਜੀ ਆ ਜਾਵੇ ਤਾਂ ਇੱਕ ਔਰ ਪੱਥਰ ਆ ਗਿਆ। ਤਾਂ ਮੈਂ ਲਿਖਿਆ ਹੈ, ਛੱਡਦੇ ਕੋਚਰ ਕਹਿਣਾ ਪੱਥਰ ਕੁੜੀਆਂ ਨੂੰ, ਛੱਡਦੇ ਕੋਚਰ, ਸ਼ੁਕਰੀਆ, ਛੱਡਦੇ ਕੋਚਰ ਕਹਿਣਾ ਪੱਥਰ ਕੁੜੀਆਂ ਨੂੰ, ਕਹਿ ਕੇ ਕਹਿ ਕੇ ਗੀਤ ਰਬਾਈ ਗਜ਼ਲ ਬੁਲਾਇਆ ਕਰ, ਛੱਡਦੇ ਕੋਚਰ ਕਹਿਣਾ ਪੱਥਰ ਕੁੜੀਆਂ ਨੂੰ, ਕਹਿ ਕੇ ਗੀਤ ਰਬਾਈ ਗਜ਼ਲ ਬੁਲਾਇਆ ਕਰ, ਫੁੱਲ ਤੇ ਕਲੀਆਂ ਦੋਵੇਂ ਮਹਿਕਾਂ ਬਣਦੇ ਨੇ, ਫੁੱਲ ਤੇ ਕਲੀਆਂ ਦੋਵੇਂ ਮਹਿਕਾਂ ਬਣਦੇ ਨੇ, ਦੋਵਾਂ ਦੀ ਹੀ ਕਦਰ ਬਰਾਬਰ ਪਾਇਆ ਕਰ, ਦੋਵਾਂ ਦੀ ਹੀ ਕਦਰ ਬਰਾਬਰ ਪਾਇਆ ਕਰ। ਸ਼ੁਕਰੀਆ। ਤੋ ਸ਼ੇਅਰ ਦੇਖਣਾ ਹੋਵੇ, ਮੁਹੱਬਤ ਵਿੱਚ ਉਹ ਮੇਰੇ ਤੋਂ ਇੱਕ ਐਸਾ ਦਾਨ ਮੰਗਦਾ ਹੈ, ਮੁਹੱਬਤ ਵਿੱਚ ਉਹ ਮੇਰੇ ਤੋਂ ਇੱਕ ਐਸਾ ਦਾਨ ਮੰਗਦਾ ਹੈ, ਜੋ ਮੇਰੀ ਜਾਨ ਹੈ ਮੈਥੋਂ ਉਹ ਮੇਰੀ ਜਾਨ ਮੰਗਦਾ ਹੈ। ਮੁਹੱਬਤ ਵਿੱਚ ਉਹ ਮੇਰੇ ਤੋਂ ਇੱਕ ਐਸਾ ਦਾਨ ਮੰਗਦਾ ਹੈ, ਜੋ ਮੇਰੀ ਜਾਨ ਹੈ ਮੈਥੋਂ ਉਹ ਮੇਰੀ ਜਾਨ ਮੰਗਦਾ ਹੈ, ਜਿਹਨੇ ਕੋਚਰ ਕਦੇ ਜਿਹਨੇ ਕੋਚਰ ਬਜ਼ੁਰਗਾਂ ਦੀ ਕਦੇ ਸੇਵਾ ਨਹੀਂ ਕੀਤੀ, ਜਿਹਨੇ ਕੋਚਰ ਬਜ਼ੁਰਗਾਂ ਦੀ ਕਦੇ ਸੇਵਾ ਨਹੀਂ ਕੀਤੀ, ਉਹ ਆਪਣੀ ਸੇਵਾ ਖਾਤਰ ਰੱਬ ਤੋਂ ਸੰਤਾਨ ਮੰਗਦਾ ਹੈ। ਜਿਹਨੇ ਕੋਚਰ, ਸ਼ੁਕਰੀਆ ਸ਼ੁਕਰੀਆ, ਜਿਹਨੇ ਕੋਚਰ ਬਜ਼ੁਰਗਾਂ ਦੀ ਕਦੇ ਸੇਵਾ ਨਹੀਂ ਕੀਤੀ, ਉਹ ਆਪਣੀ ਸੇਵਾ ਖਾਤਰ ਰੱਬ ਤੋਂ ਸੰਤਾਨ ਮੰਗਦਾ ਹੈ। ਤੁਹਾਡੇ ਨਾਲ ਇੱਕ ਗਜ਼ਲ ਸ਼ੇਅਰ ਕਰੀਆਂ, ਮੈਂ ਚਾਹੁੰਦੀ ਹਾਂ ਕਿ ਪਰਉਪਕਾਰ ਦਾ ਸ਼ਾਹਕਾਰ ਬਣ ਜਾਵਾਂ, ਮੈਂ ਚਾਹੁੰਦੀ ਹਾਂ ਕਿ ਪਰਉਪਕਾਰ ਦਾ ਸ਼ਾਹਕਾਰ ਬਣ ਜਾਵਾਂ, ਤੇ ਧੁੱਪੇ ਸਰਦਿਆਂ ਲਈ ਬਿਰਖ
ਛਾਇਆ ਆਧਾਰ ਬਣਦਾ ਵਾਂ। ਕਿਆ ਬਾਤ ਹੈ, ਵਾਹ ਮੈਂ ਮੈਂ ਚਾਹੁੰਦੀ ਹਾਂ ਕਿ ਪਰ ਉਪਕਾਰ ਦਾ ਸ਼ਾਕਾਰ ਬਣ ਜਾਵਾਂ ਤੇ ਧੁੱਪੇ ਸਰਦਿਆਂ ਲਈ ਬਿਰਖ ਛਾਇਆਦਾਰ ਬਣ ਜਾਵਾਂ। ਤੂੰ ਸ਼ੇਰ ਦੇਖਣਾ ਕਿਉਂਕਿ ਜਿਹੜੀਆਂ ਹਵਾਵਾਂ ਨੇ ਦੇਖੋ ਤੂਫਾਨ ਲੈ ਕੇ ਆ ਰਹੀਆਂ ਨੇ, ਚਾਹੇ ਮੌਸਮੀ ਹਵਾਵਾਂ ਨੇ ਚਾਹੇ ਸਿਆਸੀ ਹਵਾਵਾਂ ਨੇ ਸਾਡੀ ਜ਼ਿੰਦਗੀ। ਤੂੰ ਮੇਰਾ ਸ਼ੇਰ ਹੈ, ਨਵੀਂ ਭਾਸ਼ਾ ਸਿਖਾਵਾਂ ਮੈਂ ਹਵਾ ਦੇ ਬੁੱਲਿਆਂ ਤਾਈ, ਨਵੀਂ ਭਾਸ਼ਾ ਸਿਖਾਵਾਂ ਮੈਂ ਹਵਾ ਦੇ ਬੁੱਲਿਆਂ ਤਾਈ, ਮੈਂ ਉਹਨਾਂ ਵਾਸਤੇ ਇੱਕ ਮੜਕਣੀ ਰਫਤਾਰ ਬਣ ਜਾਵਾਂ। ਤੂੰ ਸ਼ੇਰ ਦੇਖਣਾ ਕੋਈ ਕਿਣਕਾ ਜਦੋਂ ਆਕਾਸ਼ ਛੂ ਕੇ ਧਰਤ ਤੇ ਆਵੇ, ਕੋਈ ਕਿਣਕਾ ਜਦੋਂ ਆਕਾਸ਼ ਛੂ ਕੇ ਧਰਤ ਤੇ ਆਵੇ, ਉਹਨੂੰ ਬਿੰਦੀ ਬਣਾਵਾਂ ਉਸ ਦੀ ਹੱਕਦਾਰ ਬਣ ਜਾਵਾਂ। ਕਿਆ ਬਾਤ, ਦੁਬਾਰਾ ਕਿਉਂ ਮੈਮ, ਦੁਬਾਰਾ ਕਿਉਂ ਜੀ, ਦੁਬਾਰਾ ਕਿਉਂ, ਦੁਬਾਰਾ ਕੋਈ ਕਿਣਕਾ ਆਕਾਸ਼ ਛੂ ਕੇ ਧਰਤ ਤੇ ਆਵੇ, ਉਹਨੂੰ ਬਿੰਦੀ ਬਣਾਵਾਂ ਉਸ ਦੀ ਹੱਕਦਾਰ ਬਣ ਜਾਵਾਂ। ਤੂੰ ਸ਼ੇਰ ਦੇਖਣਾ ਸਵੇਰੇ ਉੱਠਦੇ ਹੀ ਪਹਿਲਾਂ ਪੜੇ ਪੜੇ ਚਿਹਰਾ ਉਹ ਮੇਰਾ ਹੀ, ਸਵੇਰੇ ਉੱਠਦੇ ਹੀ ਪਹਿਲਾਂ ਪੜੇ ਚਿਹਰਾ ਉਹ ਮੇਰਾ ਹੀ, ਇਹ ਦਿਲ ਚਾਵੇ ਸੁਬਾਹ ਹਰ ਰੋਜ਼ ਮੈਂ ਅਖਬਾਰ ਬਣ ਜਾਵਾਂ। ਬਹੁਤ ਸੋਹਣੇ ਜੀ, ਬਹੁਤ ਸੋਹਣੇ, ਬਹੁਤ ਸੋਹਣੇ। ਸਵੇਰੇ ਉੱਠਦੇ ਹੀ ਪਹਿਲਾਂ ਪੜੇ ਚਿਹਰਾ ਉਹ ਮੇਰਾ ਹੀ, ਇਹ ਦਿਲ ਚਾਵੇ ਸੁਬਾਹ ਹਰ ਰੋਜ਼ ਮੈਂ ਅਖਬਾਰ ਬਣ ਜਾਵਾਂ। ਤੂੰ ਸ਼ੇਰ ਦੇਖਣਾ ਤੂੰ ਪਤਾ ਨੀ ਕੀ ਬਣਨਾ ਲੋਚਦੇ ਨੇ ਲੋਕ ਦੁਨੀਆਂ ਦੇ, ਪਤਾ ਨਹੀਂ ਕੀ ਬਣਨਾ ਲੋਚਦੇ ਨੇ ਲੋਕ ਦੁਨੀਆਂ ਦੇ, ਤਮੰਨਾ ਹੈ ਮੇਰੀ ਮੈਂ ਸਭ ਲਈ ਗਮਖਾਰ ਬਣ ਜਾਵਾਂ। ਪਤਾ ਨਹੀਂ ਕੀ ਬਣਨਾ ਲੋਚਦੇ ਨੇ ਲੋਕ ਦੁਨੀਆਂ ਦੇ, ਤਮੰਨਾ ਹੈ ਮੇਰੀ ਮੈਂ ਸਭ ਲਈ ਗਮਖਾਰ ਬਣ ਜਾਵਾਂ। ਤੂੰ ਸ਼ੇਰ ਦੇਖਣਾ ਮਕਤਾ ਪੇਸ਼ਕਾਰੀਆਂ, ਹਨੇਰੇ ਤੋਂ ਹੈ ਨਫ਼ਰਤ ਇਸ ਲਈ ਕੋਚਰ ਮੈਂ ਚਾਹੁੰਦੀ ਹਾਂ, ਹਨੇਰੇ ਤੋਂ ਹੈ ਨਫ਼ਰਤ ਇਸ ਲਈ ਕੋਚਰ ਮੈਂ ਚਾਹੁੰਦੀ ਹਾਂ, ਕਿ ਚਾਨਣ ਦੇ ਸੁਨੇਹੇ ਵਾਸਤੇ ਮੀਨਾਰ ਬਣ ਜਾਵਾਂ। ਮੈਂ ਚਾਹੁੰਦੀ ਹਾਂ ਕਿ ਪਰਉਪਕਾਰ ਦਾ ਸ਼ਾਕਾਰ ਬਣ ਜਾਵਾਂ ਤੇ ਧੁੱਪੇ ਸਰਦਿਆਂ ਲਈ ਬਿਰਖ ਛਾਇਆ ਆਧਾਰ ਬਣ ਜਾਵਾਂ। ਕਿਆ ਬਾਤ, ਗਜ਼ਲ ਦੇਖਣਾ, ਦੂਸਰੀ ਗਜ਼ਲ ਸੁਣਾ ਰਹੀ ਹਾਂ। ਬੜੀ ਹੀ ਧੁੱਪ ਸਹਾਰੀ ਹੈ ਅਸਾਂ ਪਿੱਪਲ ਦੀ ਛਾਂ ਬਦਲੇ, ਬੜੀ ਹੀ ਧੁੱਪ ਸਹਾਰੀ ਹੈ ਅਸੀਂ ਪਿੱਪਲ ਦੀ ਛਾਂ ਬਦਲੇ, ਕਈ ਇਨਕਾਰ ਚੋਲੀ ਪਾ ਲਏ ਇੱਕ ਤੇਰੀ ਹਾਂ ਬਦਲੇ। ਬੜੀ ਹੀ ਧੁੱਪ ਸਹਾਰੀ ਹੈ, ਬੜੀ ਹੀ ਧੁੱਪ ਸਹਾਰੀ ਹੈ ਅਸਾਂ ਪਿੱਪਲ ਦੀ ਛਾਂ ਬਦਲੇ, ਕਈ ਇਨਕਾਰ ਚੋਲੀ ਪਾ ਲਏ ਇੱਕ ਤੇਰੀ ਹਾਂ ਬਦਲੇ। ਤੂੰ ਸ਼ੇਰ ਦੇਖਣਾ ਰਾਜ, ਜ਼ਮੀਨਾਂ ਨਾਲ ਨਾ ਜਾਣਾ ਉਹ ਲੋਕੀ ਭੁੱਲ ਜਾਂਦੇ ਨੇ, ਜ਼ਮੀਨਾਂ ਨਾਲ ਨਾ ਜਾਣਾ ਉਹ ਲੋਕੀ ਭੁੱਲ ਜਾਂਦੇ ਨੇ, ਜੋ ਖੇਡਣ ਖੂਨ ਦੀ ਹੋਲੀ ਸਦਾ ਚੱਪਾ ਕੁਥਾਂ ਬਦਲੇ। ਜ਼ਮੀਨਾਂ ਨਾਲ ਨਾ ਜਾਣਾ ਉਹ ਲੋਕੀ ਭੁੱਲ ਜਾਂਦੇ ਨੇ, ਜੋ ਖੇਡਣ ਖੂਨ ਦੀ ਹੋਲੀ ਸਦਾ ਚੱਪਾ ਕੁਥਾਂ ਬਦਲੇ। ਤੂੰ ਸ਼ੇਰ ਦੇਖਣਾ, ਨਦੀ ਬਣ ਕੇ ਘਟਾ ਬਣ ਕੇ ਉਹ ਬਣ ਕੇ ਬਰਫ਼ ਵੀ ਆਉਂਦਾ, ਨਦੀ ਬਣ ਕੇ ਘਟਾ ਬਣ ਕੇ ਉਹ ਬਣ ਕੇ ਬਰਫ਼ ਵੀ ਆਉਂਦਾ, ਧਿਆਏ ਥਲ ਤੇਰੀ ਖਾਤਰ ਤਾਂ ਪਾਣੀ ਨੇ ਵੀ ਨਾ ਬਦਲੇ। ਕਿਆ ਬਾਤ, ਨਦੀ ਬਣ ਕੇ ਘਟਾ ਬਣ ਕੇ ਉਹ ਬਣ ਕੇ ਬਰਫ਼ ਵੀ ਆਉਂਦਾ, ਧਿਆਏ ਥਲ ਤੇਰੀ ਖਾਤਰ ਤਾਂ ਪਾਣੀ ਨੇ ਵੀ ਨਾ ਬਦਲੇ। ਤੂੰ ਸ਼ੇਰ ਦੇਖਣਾ, ਕਦੇ ਤੀਦੋ ਕਦੇ ਰਾਂਝਾ ਕਦੇ ਆਸ਼ਕ ਕਦੇ ਜੋਗੀ, ਕਦੇ ਤੀਦੋ ਕਦੇ ਤੀਦੋ ਕਦੇ ਰਾਂਝਾ ਕਦੇ ਆਸ਼ਕ ਕਦੇ ਜੋਗੀ, ਅਨੇਕਾਂ ਰੂਪ ਬਦਲੇ ਉਸਨੇ ਹੀਰੇ ਤੇਰੀ ਹਾਂ ਬਦਲੇ। ਕਦੇ ਤੀਦੋ ਕਦੇ ਰਾਂਝਾ ਕਦੇ ਆਸ਼ਕ ਕਦੇ ਜੋਗੀ, ਅਨੇਕਾਂ ਰੂਪ ਬਦਲੇ ਉਸਨੇ ਹੀਰੇ ਤੇਰੀ ਹਾਂ ਬਦਲੇ। ਤੂੰ ਸ਼ੇਰ ਦੇਖਣਾ, ਮਿਲੇ ਮੌਕਾ ਤਾਂ ਡੁਬਕੀ ਲਾ ਲਵੋ ਆਕਾਸ਼ ਗੰਗਾ ਵਿੱਚ, ਮਿਲੇ ਮੌਕਾ ਤਾਂ ਡੁਬਕੀ ਲਾ ਲਵੋ ਆਕਾਸ਼ ਗੰਗਾ ਵਿੱਚ, ਖੁਦਾ ਜਾਣੇ ਰਵਈਆ ਆਪਣਾ ਕਦ ਕਹਿਕਸ਼ਾਂ ਬਦਲੇ। ਮਿਲੇ ਮੌਕਾ ਤਾਂ ਡੁਬਕੀ ਲਾ ਲਵੋ ਆਕਾਸ਼ ਗੰਗਾ ਵਿੱਚ, ਖੁਦਾ ਜਾਣੇ ਰਵਈਆ ਆਪਣਾ ਕਦ ਕਹਿਕਸ਼ਾਂ ਬਦਲੇ। ਤੋ ਇੱਕ ਸ਼ਹੀਦਾਂ ਦੇ ਨਾਮ ਤੇ ਸ਼ੇਰ ਹੈ, ਰਹੇਗਾ ਨਾਮ ਉਹਨਾਂ ਦਾ
ਅਮਰ ਇਤਿਹਾਸ ਦੇ ਅੰਦਰ ਰਹੇਗਾ ਨਾਮ ਉਹਨਾਂ ਦਾ ਅਮਰ ਇਤਿਹਾਸ ਦੇ ਅੰਦਰ ਜਿਨ੍ਹਾਂ ਨੇ ਜਾਨ ਦੇ ਦਿੱਤੀ ਪਿਆਰੀ ਧਰਤ ਮਾਂ ਬਦਲੇ ਰਹੇਗਾ ਨਾਮ ਉਹਨਾਂ ਦਾ ਅਮਰ ਇਤਿਹਾਸ ਦੇ ਅੰਦਰ ਜਿਨ੍ਹਾਂ ਨੇ ਜਾਨ ਦੇ ਦਿੱਤੀ ਪਿਆਰੀ ਧਰਤ ਮਾਂ ਬਦਲੇ ਤੋਂ ਮੱਕਾ ਹੈ ਮੇਰੇ ਕੰਨਾਂ ਨੂੰ ਆਪਣੇ ਜੀਣ ਦਾ ਅਹਿਸਾਸ ਹੋ ਜਾਏ ਮੇਰੇ ਕੰਨਾਂ ਨੂੰ ਆਪਣੇ ਜੀਣ ਦਾ ਅਹਿਸਾਸ ਹੋ ਜਾਏ ਤੇਰੇ ਦੋ ਬੋਲ ਸੁਣ ਜਾਵਣ ਜੇ ਕੋਚਰ ਚੁੱਪ ਚਾਂ ਬਦਲੇ ਮੇਰੇ ਕੰਨਾਂ ਨੂੰ ਆਪਣੇ ਜੀਣ ਦਾ ਅਹਿਸਾਸ ਹੋ ਜਾਏ ਤੇਰੇ ਦੋ ਬੋਲ ਸੁਣ ਜਾਵਣ ਜੇ ਕੋਚਰ ਚੁੱਪ ਚਾਂ ਬਦਲੇ ਬੜੀ ਹੀ ਧੁੱਪ ਸਹਾਰੀ ਹੈ ਅਸਾਂ ਪਿੱਪਲ ਦੀ ਛਾਂ ਬਦਲੇ ਕਈ ਇਨਕਾਰ ਚੋਲੀ ਪਾ ਲਏ ਇੱਕ ਤੇਰੀ ਹਾਂ ਬਦਲੇ ਕਈ ਇਨਕਾਰ ਚੋਲੀ ਪਾ ਲਏ ਤੇਰੀ ਹਾਂ ਜੇ ਕਹੋਗੇ ਤਾਂ ਮੈਂ ਗਜ਼ਲਾਂ ਹੋਰ ਸੁਣਾ ਦੂੰਗੀ ਜੇ ਜੀ ਜੀ ਬਿਲਕੁਲ ਜੀ ਤੁਹਾਡਾ ਆਪਾਂ ਤੁਹਾਡੇ ਨਾਲ ਹੈ ਜਿਵੇਂ ਤੁਹਾਨੂੰ ਲੱਗਦਾ ਕੋਈ ਸ਼ੱਕ ਨਹੀਂ ਬੜਾ ਮਜ਼ਾ ਆ ਰਿਹਾ ਕਿਉਂਕਿ ਮੇਰੇ ਕੋਲ ਗਜ਼ਲਾਂ ਦਾ ਭੰਡਾਰ ਹੈ ਤੁਸੀਂ ਜ਼ਰੂਰ ਦੇਖਣਾ ਅੱਜ ਕੱਲ ਦੇ ਹਾਂਜੀ ਹਾਂਜੀ ਜੀ ਅੱਜ ਕੱਲ ਦੇ ਹਾਲਾਤਾਂ ਬਾਰੇ ਗਜ਼ਲ ਜ਼ਰੂਰ ਸੁਣਾਉਣਾ ਚਾਹਾਂਗੀ ਫਿਰ ਅੱਗੋਂ ਜੀ ਜੀ ਹੋਰ ਜ਼ਰੂਰ ਤੂੰ ਨਹੀਂ ਬਣਿਆ ਮੁਸੀਬਤ ਵਿੱਚ ਸਹਾਰਾ ਵੇਖ ਲੈ ਤੂੰ ਨਹੀਂ ਬਣਿਆ ਮੁਸੀਬਤ ਵਿੱਚ ਸਹਾਰਾ ਵੇਖ ਲੈ ਕਰ ਲਿਆ ਏ ਫਿਰ ਵੀ ਕਰ ਲਿਆ ਏ ਫਿਰ ਵੀ ਮੈਂ ਆਪਣਾ ਗੁਜ਼ਾਰਾ ਵੇਖ ਲੈ ਵੇਖ ਲੈ ਤੂੰ ਨਹੀਂ ਬਣਿਆ ਮੁਸੀਬਤ ਵਿੱਚ ਸਹਾਰਾ ਵੇਖ ਲੈ ਕਰ ਲਿਆ ਏ ਫਿਰ ਵੀ ਮੈਂ ਆਪਣਾ ਗੁਜ਼ਾਰਾ ਵੇਖ ਲੈ ਤੂੰ ਸ਼ੇਰ ਦੇਖੋ ਇੱਕ ਸਿਤਾਰਾ ਹੋ ਗਿਆ ਓਜਲ ਤਾਂ ਕਿਉਂ ਤੂੰ ਗਮ ਕਰੇ ਇੱਕ ਸਿਤਾਰਾ ਹੋ ਗਿਆ ਓਜਲ ਤਾਂ ਕਿਉਂ ਤੂੰ ਗਮ ਕਰੇ ਚਮਕਦਾ ਹੁਣ ਵੀ ਗਗਨ ਸਾਰੇ ਦਾ ਸਾਰਾ ਵੇਖ ਲੈ ਵੇਖ ਲੈ ਇੱਕ ਸਿਤਾਰਾ ਹੋ ਗਿਆ ਓਜਲ ਤਾਂ ਕਿਉਂ ਤੂੰ ਗਮ ਕਰੇ ਚਮਕਦਾ ਹੁਣ ਵੀ ਗਗਨ ਸਾਰੇ ਦਾ ਸਾਰਾ ਵੇਖ ਲੈ ਤੂੰ ਸ਼ੇਰ ਹੈ ਅੱਜ ਕੱਲ ਦੇ ਹਾਲਾਤ ਦਾ ਲੁੱਟ ਰਿਹਾ ਕਮਜ਼ੋਰ ਨੂੰ ਬਲਵਾਨ ਹੀ ਹੁਣ ਹਰ ਜਗ੍ਹਾ ਲੁੱਟ ਰਿਹਾ ਕਮਜ਼ੋਰ ਨੂੰ ਬਲਵਾਨ ਹੀ ਹੁਣ ਹਰ ਜਗ੍ਹਾ ਤੇ ਚਲੇ ਨਾ ਨਿਰਧਨਾ ਦਾ ਕੋਈ ਚਾਰਾ ਵੇਖ ਲੈ ਲੁੱਟ ਰਿਹਾ ਕਮਜ਼ੋਰ ਨੂੰ ਬਲਵਾਨ ਹੀ ਹੁਣ ਹਰ ਜਗ੍ਹਾ ਲੁੱਟ ਰਿਹਾ ਕਮਜ਼ੋਰ ਨੂੰ ਬਲਵਾਨ ਹੀ ਹੁਣ ਹਰ ਜਗ੍ਹਾ ਤੇ ਚਲੇ ਨਾ ਨਿਰਧਨਾ ਦਾ ਕੋਈ ਚਾਰਾ ਵੇਖ ਲੈ ਤੂੰ ਸ਼ੇਰ ਹੈ ਹਰ ਗਲੀ ਹਰ ਮੋੜ ਤੇ ਹਰ ਪਿੰਡ ਤੇ ਹਰ ਸ਼ਹਿਰ ਵਿੱਚ ਹਰ ਗਲੀ ਹਰ ਮੋੜ ਤੇ ਹਰ ਪਿੰਡ ਤੇ ਹਰ ਸ਼ਹਿਰ ਵਿੱਚ ਰਿਸ਼ਵਤਾਂ ਬੇਈਮਾਨੀਆਂ ਦਾ ਹੈ ਪਸਾਰਾ ਵੇਖ ਲੈ ਹਰ ਗਲੀ ਹਰ ਮੋੜ ਤੇ ਹਰ ਪਿੰਡ ਤੇ ਹਰ ਸ਼ਹਿਰ ਵਿੱਚ ਰਿਸ਼ਵਤਾਂ ਬੇਈਮਾਨੀਆਂ ਦਾ ਹੈ ਪਸਾਰਾ ਵੇਖ ਲੈ ਤੂੰ ਸ਼ੇਰ ਹੈ ਚੰਦਿਆਨਵੀ ਜੀ ਝੂਠ ਦੀ ਗਾਥਾ ਨੂੰ ਸੁਣਦੇ ਨੇ ਮਜ਼ਾ ਲੈ ਕੇ ਸਭ ਝੂਠ ਦੀ ਸ਼ੁਕਰੀਆ ਝੂਠ ਦੀ ਗਾਥਾ ਨੂੰ ਲੈ ਕੇ ਸੁਣਦੇ ਨੇ ਮਜ਼ਾ ਲੈ ਕੇ ਸਭ ਸੱਚ ਨੂੰ ਮਿਲਦਾ ਨਾ ਕਿਧਰੋਂ ਵੀ ਹੁਗਾਰਾ ਵੇਖ ਲੈ ਝੂਠ ਦੀ ਗਾਥਾ ਨੂੰ ਸੁਣਦੇ ਨੇ ਮਜ਼ਾ ਲੈ ਕੇ ਸਭ ਸੱਚ ਨੂੰ ਮਿਲਦਾ ਨਾ ਕਿਧਰੋਂ ਵੀ ਹੁੰਗਾਰਾ ਵੇਖ ਲੈ ਤੇ ਸ਼ੇਰ ਦੇਖਣਾ ਜਿਸ ਨੂੰ ਸੀ ਜਨਤਾ ਨੇ ਚੁਣਿਆ ਤੇ ਬਿਠਾਇਆ ਤਖ਼ਤ ਤੇ ਜਿਸ ਨੂੰ ਸੀ ਜਨਤਾ ਨੇ ਚੁਣਿਆ ਤੇ ਬਿਠਾਇਆ ਤਖ਼ਤ ਤੇ ਕੋਈ ਹੁਣ ਲੋਕਾਂ ਤੋਂ ਕਰਦਾ ਹੈ ਕਿਨਾਰਾ ਵੇਖ ਲੈ ਜਿਸ ਨੂੰ ਸੀ ਜਨਤਾ ਨੇ ਚੁਣਿਆ ਤੇ ਬਿਠਾਇਆ ਤਖ਼ਤ ਤੇ ਕੋਈ ਹੁਣ ਲੋਕਾਂ ਤੋਂ ਕਰਦਾ ਹੈ ਕਿਨਾਰਾ ਵੇਖ ਲੈ ਦੇਖਣਾ ਪੈ ਗਈ ਹੈ ਸਾਂਝ ਕੋਚਰ ਪੈ ਗਈ ਹੈ ਸਾਂਝ ਕੋਚਰ ਹਿਦਰ ਸੰਗ ਕੁਛ ਇਸ ਤਰ੍ਹਾਂ ਪੈ ਗਈ ਹੈ ਸਾਂਝ ਕੋਚਰ ਹਿਦਰ ਸੰਗ ਕੁਛ ਇਸ ਤਰ੍ਹਾਂ ਵਸਲ ਵਾਂਗੂ ਹਿਦਰ ਵੀ ਲੱਗਦਾ ਹੈ ਪਿਆਰਾ ਵੇਖ ਵੇਖ ਲੈ ਬਹੁਤ ਵਾਹ ਕਿਆ ਬਾਤ ਪੈ ਗਈ ਹੈ ਸਾਂਝ ਕੋਚਰ ਹਿਦਰ ਸੰਗ ਕੁਛ ਇਸ ਤਰ੍ਹਾਂ ਵਸਲ ਵਾਂਗੂ ਹਿਜਰ ਵੀ ਲੱਗਦਾ ਹੈ ਪਿਆਰਾ ਵੇਖ ਲੈ ਤੂੰ ਨਹੀਂ ਬਣਿਆ ਮੁਸੀਬਤ ਵਿੱਚ ਸਹਾਰਾ ਵੇਖ ਲੈ ਕਰ ਲਿਆ ਏ ਫਿਰ ਵੀ ਮੈਂ ਆਪਣਾ ਗੁਜ਼ਾਰਾ ਵੇਖ ਲੈ ਕਰ ਲਿਆ ਏ ਫਿਰ ਵੀ ਆਪਣਾ ਗੁਜ਼ਾਰਾ ਵੇਖ ਲੈ ਤੋ ਇੱਕ ਜਿਹੜਾ ਇਹਨਾਂ ਨੇ ਆਪਣਾ ਬਲਜਿੰਦਰ ਜੀ ਨੇ ਭਰਿਆ ਬੋਲਿਆ ਸੀ ਗਜ਼ਲ ਤੇ ਉਸੇ ਜਿਹੜੀ ਹੈ ਪ੍ਰਦੀਪ ਤੇ ਮੇਰੀ ਗਜ਼ਲ ਹੈ
ਉਤਾਰਨਾ ਸਾਂਝੀ ਕਰਾਂਗੀ। ਮੇਰੇ ਵਿੱਚ ਜੀਣ ਦੀ ਇੱਛਾ ਤੇ ਸ਼ਕਤੀ ਭਰ ਗਿਆ ਕੋਈ, ਮੇਰੇ ਵਿੱਚ ਜੀਣ ਦੀ ਇੱਛਾ ਤੇ ਸ਼ਕਤੀ ਭਰ ਗਿਆ ਕੋਈ, ਮੈਂ ਕਤਰਾ ਸਾਂ ਤੇ ਕਤਰੇ ਤੋਂ ਸਮੁੰਦਰ ਕਰ ਗਿਆ ਕੋਈ। ਬਹੁਤ ਅੱਛੇ। ਮੇਰੇ ਵਿੱਚ ਜੀਣ ਦੀ ਇੱਛਾ ਤੇ ਸ਼ਕਤੀ ਭਰ ਗਿਆ ਕੋਈ, ਮੈਂ ਕਤਰਾ ਸਾਂ ਤੇ ਕਤਰੇ ਤੋਂ ਸਮੁੰਦਰ ਕਰ ਗਿਆ ਕੋਈ। ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਆ ਰਹੀ ਆ ਜੀ 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 ਆਵਾਜ਼ ਆ ਰਹੀ ਮੈਡਮ, ਆ ਰਹੀ ਨਹੀਂ ਜਾ ਰਹੀ ਨਾ? ਆ ਰਹੀ ਆ ਰਹੀ, ਤੁਸੀਂ ਬੋਲੋ ਜੀ ਪਲੀਜ਼। ਆ ਰਹੀ ਆ, ਤੁਸੀਂ ਬੋਲੋ ਪਲੀਜ਼। ਮੇਰੇ ਵਿੱਚ ਜੀਣ ਦੀ ਇੱਛਾ ਤੇ ਸ਼ਕਤੀ ਭਰ ਗਿਆ ਕੋਈ, ਮੈਂ ਕਤਰਾ ਸਾਂ ਤੇ ਕਤਰੇ ਤੋਂ ਸਮੁੰਦਰ ਕਰ ਗਿਆ ਕੋਈ, ਜਗਾ ਕੇ ਪਿਆਰ ਦਾ ਦੀਵਾ ਇਹਦੇ ਵਿੱਚ ਤਰ ਗਿਆ ਕੋਈ, ਜਗਾ ਕੇ ਪਿਆਰ ਦਾ ਦੀਵਾ ਇਹਦੇ ਵਿੱਚ ਤਰ ਗਿਆ ਕੋਈ, ਮੇਰੇ ਦਿਲ ਦੀ ਗੁਫਾ ਅੰਦਰ ਹੈ ਚਾਨਣ ਕਰ ਗਿਆ ਕੋਈ। ਤੂੰ ਸ਼ੇਰ ਦੇਖਣਾ, ਜਿਨ੍ਹਾਂ ਘਰ ਏਸੀ ਹੁੰਦੇ ਨੇ ਉਹ ਕੀ ਜਾਣਨ ਉਹਨਾਂ ਬਾਰੇ, ਜਿਨ੍ਹਾਂ ਘਰ ਏਸੀ ਹੁੰਦੇ ਨੇ ਉਹ ਕੀ ਜਾਣਨ ਉਹਨਾਂ ਬਾਰੇ, ਕਿ ਲੂ ਵਿੱਚ ਸੜ ਗਿਆ ਕੋਈ ਜਾਂ ਠੰਡ ਵਿੱਚ ਠਰ ਗਿਆ ਕੋਈ, ਜਿਨ੍ਹਾਂ ਘਰ ਏਸੀ ਹੁੰਦੇ ਨੇ ਉਹ ਕੀ ਜਾਣਨ ਉਹਨਾਂ ਬਾਰੇ, ਕਿ ਲੂ ਵਿੱਚ ਸੜ ਗਿਆ ਕੋਈ ਜਾਂ ਠੰਡ ਵਿੱਚ ਠਰ ਗਿਆ ਕੋਈ। ਤੂੰ ਸ਼ੇਰ ਦੇਖਣਾ, ਸ਼ਰਾਫਤ ਦੀ ਵਜ੍ਹਾ ਕਰਕੇ ਜੇ ਕੋਈ ਚੁੱਪ ਰਹਿੰਦਾ ਹੈ, ਸ਼ਰਾਫਤ ਦੀ ਵਜ੍ਹਾ ਕਰਕੇ ਜੇ ਕੋਈ ਚੁੱਪ ਰਹਿੰਦਾ ਹੈ, ਭੁਲੇਖੇ ਵਿੱਚ ਨਾ ਰਹਿਣਾ ਕੇ ਤੂੰ ਹੱਥੋਂ ਡਰ ਗਿਆ ਕੋਈ, ਸ਼ਰਾਫਤ ਦੀ ਵਜ੍ਹਾ ਕਰਕੇ, ਸ਼ੁਕਰੀਆ, ਸ਼ਰਾਫਤ ਦੀ ਵਜ੍ਹਾ ਕਰਕੇ ਜੇ ਕੋਈ ਚੁੱਪ ਰਹਿੰਦਾ ਹੈ, ਭੁਲੇਖੇ ਵਿੱਚ ਨਾ ਰਹਿਣਾ ਕੇ ਤੂੰ ਹੱਥੋਂ ਡਰ ਗਿਆ ਕੋਈ, ਉਹ ਫਿਰ ਬੋਲੇਗਾ ਐਹਾ ਕੰਮ ਤੇਰੇ ਜ਼ੁਲਮਾਂ ਦੇ ਸਿਰ ਚੜ ਕੇ, ਉਹ ਫਿਰ ਬੋਲੇਗਾ ਐਹਾ ਕੰਮ ਤੇਰੇ ਜ਼ੁਲਮਾਂ ਦੇ ਸਿਰ ਚੜ ਕੇ, ਜੋ ਅੱਜ ਮਜਬੂਰ ਹੋ ਕੇ ਜ਼ੁਲਮ ਤੇਰਾ ਜਰ ਗਿਆ ਕੋਈ। ਤੋ ਸ਼ੇਰ ਹੈ, ਮੁਹੱਬਤ ਦਾ ਅਜਬ ਇਹ ਰੂਪ ਉਹਨਾਂ ਆਪ ਤੱਕਿਆ ਸੀ, ਮੁਹੱਬਤ ਦਾ ਅਜਬ ਇਹ ਰੂਪ ਉਹਨਾਂ ਆਪ ਤੱਕਿਆ ਸੀ, ਕਿਸੇ ਨੂੰ ਉਮਰ ਲਈ ਦੇ ਕੇ ਦਵਾਵਾਂ ਮਰ ਗਿਆ ਕੋਈ, ਮੁਹੱਬਤ ਦਾ ਅਜਬ ਇਹ ਰੂਪ ਉਹਨਾਂ ਆਪ ਤੱਕਿਆ ਸੀ, ਕਿਸੇ ਨੂੰ ਉਮਰ ਲਈ ਦੇ ਕੇ ਦਵਾਵਾਂ ਮਰ ਗਿਆ ਕੋਈ। ਤੂੰ ਮਕਤਾ ਪੇਸ਼ ਕਰ ਰਹੀ ਹਾਂ, ਨਿਰਾਲੀ ਹੈ ਬੜੀ ਇਹ ਜ਼ਿੰਦਗੀ ਦੀ ਖੇਡ ਵੀ ਕੁਝ, ਨਿਰਾਲੀ ਹੈ ਬੜੀ ਇਹ ਜ਼ਿੰਦਗੀ ਦੀ ਖੇਡ ਵੀ ਕੁਝ, ਕਿਸੇ ਨੇ ਜਿੱਤਿਆ ਇਸਨੂੰ ਤੇ ਇਸ ਤੋਂ ਹਰ ਗਿਆ ਕੋਈ, ਮੇਰੇ ਵਿੱਚ ਜੀਣ ਦੀ ਇੱਛਾ ਤੇ ਸ਼ਕਤੀ ਭਰ ਗਿਆ ਕੋਈ, ਮੈਂ ਕਤਰਾ ਸਾਂ ਤੇ ਕਤਰੇ ਤੋਂ ਸਮੁੰਦਰ ਕਰ ਗਿਆ ਕੋਈ, ਮੈਂ ਕਤਰਾ ਸਾਂ ਤੇ ਕਤਰੇ ਤੋਂ ਸਮੁੰਦਰ ਕਰ ਗਿਆ ਕੋਈ। ਬਹੁਤ ਬਹੁਤ ਸ਼ੁਕਰੀਆ, ਕਿਆ ਬਾਤ ਹੈ, ਵਾਹ ਬਹੁਤ ਸ਼ੁਕਰੀਆ ਲਾਲੀ ਜੀ। ਮੈਂ ਇੱਕ ਮਿੰਟ ਲੈ ਰਿਹਾ ਜੀ ਜੀ, ਸੁਣਦੇ ਨੇ ਬਾਅਦ ਹੀ ਨਹੀਂ ਸੁਣਦੇ। ਹਾਂਜੀ ਹਾਂਜੀ ਰਾਜ ਜੀ, ਤੁਹਾਡੀ ਆਵਾਜ਼ ਮੈਨੂੰ ਬਿਲਕੁਲ ਨਹੀਂ ਸੁਣ ਰਹੀ। ਨਹੀਂ ਆਵਾਜ਼ ਆ ਰਹੀ ਹੈ ਜੀ ਬਿਲਕੁਲ, ਤੁਹਾਨੂੰ ਸ਼ਾਇਦ ਤੁਹਾਡੀ ਸ਼ਾਇਦ ਸਪੀਕਰ ਜਾਂ ਤੁਹਾਡੇ ਆਪਣਾ ਚੈੱਕ ਕਰ ਲਿਓ, ਆਪਣਾ ਸਿਸਟਮ ਚੈੱਕ ਕਰ ਲਿਓ, ਠੀਕ ਹੈ ਨਾ, ਤੇ ਹੋ ਸਕਦਾ ਤੁਹਾਨੂੰ। ਤੇ ਹਾਂਜੀ ਸੁਨੀਲ ਜੀ ਜੀ, ਪਿਆਰੇ ਦੋਸਤੋ, ਮੈਂ ਇੱਕ ਵਿੱਚ ਬੋਲਣ ਦੀ ਗੁਸਤਾਖੀ ਕਰ ਰਿਹਾ। ਮੈਂ ਇੱਕ ਸ਼ਾਇਰ ਨੂੰ ਤੁਹਾਡੇ ਰੂਬਰੂ ਕਰਨਾ ਚਾਹੁੰਦਾ, ਉਹ ਸ਼ਾਇਰ ਜਿਹੜਾ ਸ਼ਿਵ ਕੁਮਾਰ ਬਟਾਲਵੀ ਦੀ ਧਰਤੀ ਬਟਾਲਾ ਦਾ ਜੰਮਪਲ ਹੈ, ਬਟਾਲਾ ਤੋਂ ਲੈ ਕੇ ਉਹ ਕੈਨੇਡਾ ਦੇ ਵਿੱਚ ਆਪਣੀ ਸ਼ਾਇਰੀ ਦੇ ਰੰਗ ਬਿਖੇਰ ਰਿਹਾ ਹੈ। ਉਸਦੀ ਪਹਿਲੀ ਕਿਤਾਬ ਲਾਲੀ ਤੇ ਹੁਣ ਉਸਦੀ ਤਾਜ਼ੀ ਕਿਤਾਬ ਜਿਹੜੀ ਹੈ ਸੂਰਜਾ ਵਿਸੂਰਜਾ, ਉਹ ਸਾਡੇ ਹੱਥਾਂ ਦੇ ਵਿੱਚ ਹੈ। ਇਹ ਬੜਾ ਉਸਦੇ ਸ਼ਬਦਾਂ ਦੇ ਵਿੱਚ ਮਿਠਾਸ ਹੈ, ਉਸਦੇ ਸ਼ਬਦਾਂ ਦੇ ਪਿੱਛੇ ਬੜੀ ਗਹਿਰੀ ਮੁਹੱਬਤ ਹੈ। ਤੁਸੀਂ ਉਸਦੇ ਸ਼ਬਦਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਮਾਣ ਰਹੇ ਹੋ ਤੇ ਇਸਦੇ ਨਾਲ ਗੱਲ ਕਰੋਗੇ, ਇਸਦੀ ਸ਼ਾਇਰੀ ਸੁਣੋਗੇ, ਤਾਂ ਬੜੀ ਖੂਬਸੂਰਤ ਸ਼ਾਇਰੀ, ਬੜੀ ਮਿਠਾਸ ਉਸਦੇ ਪਿੱਛੇ, ਉਸਦੇ ਪਿੱਛੇ ਮੁਹੱਬਤ ਹੈ। ਤਾਂ ਅਸੀਂ ਚਾਹਾਂਗੇ ਕਿ ਰਾਜ ਲਾਲੀ ਬਟਾਲਾ ਹੁਰੀ ਆਪਣਾ ਕੋਈ ਕਲਾਮ ਸਾਂਝਾ ਕਰਨ। ਜੀ ਜੀ ਜ਼ਰੂਰ ਸੁਨੀਲ ਜੀ, ਤੁਹਾਡੀ ਤੁਹਾਡੀ ਹਾਂ ਗੁਜ਼ਾਰਿਸ਼ ਕੋਈ ਗੱਲ ਨਹੀਂ, ਜ਼ਰੂਰ ਜੀ ਬਿਲਕੁਲ, ਥੈਂਕ ਯੂ ਸੋ ਮੱਚ। ਉਸ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗਾ ਕਿ ਕੋਚਰ ਮੈਡਮ ਵਾਸਤੇ ਕਾਫ਼ੀ ਇੱਕ ਰਿਸਪੋਂਸ ਜੋ ਆਇਆ ਹੈ ਉਹਦੇ ਵਿੱਚ, ਰਾਜਵੰਤ ਬਾਜਵਾ ਜੀ ਦੇਖ ਰਹੇ ਨੇ, ਜਗਤਾਰ ਧਮਾਨ ਜੀ ਕਹਿ ਰਹੇ ਨੇ ਕਿਆ ਬਾਤ ਹੈ, ਅੰਜੂ ਗਰੋਵਰ ਜੀ, ਅਮਨਦੀਪ ਸਿੰਘ ਗਰੋਵਰ ਜੀ, ਔਰ ਗੁਰਚਰਨ ਜੋਗੀ ਭਾਜੀ, ਕੈਲਾਸ਼ ਮਲੋਈ ਜੀ, ਕੁਲਵਿੰਦਰ ਚਾਵਲਾ ਜੀ ਕਹਿੰਦੇ ਬਹੁਤ ਖੂਬ, ਸਿਮੀ ਧਮਾਨ ਜੀ ਕਹਿੰਦੇ ਕਿਆ ਬਾਤ ਹੈ ਮੈਡਮ, ਜਗਤਾਰ ਧਮਾਨ ਸਰ, ਔਰ ਮੋਨਾ ਕੋਚਰ ਜੀ, ਔਰ ਸੰਦੀਪ ਕੌਰ ਚੀਮਾ ਜੀ, ਨਰਿੰਦਰ ਸੁਖਮ ਸਾਹਿਬ, ਐਡਵੋਕੇਟ ਸ਼ੁਕਰ ਗੁਜ਼ਾਰ ਸਿੰਘ ਜੀ, ਔਰ
ਹੋਰ ਵੀ ਕਾਫੀ ਨਾਮ ਜਿਵੇਂ ਸੁਣ ਨਜ਼ਰ ਆ ਰਹੇ ਨੇ, ਕਰਨਜੀਤ ਦਰਧੂਣੀ, ਜਗਤਾਰ ਸਿੰਘ ਮਾਨਸਰ, ਸੋ ਸਾਰਿਆਂ ਦੇ ਇੱਕ ਬਹੁਤ ਹੀ ਵਧੀਆ ਇੱਕ ਹੁੰਗਾਰਾ ਮਿਲਿਆ ਮੈਡਮ ਕੋਚਰ ਦੀ ਸ਼ਾਇਰੀ ਨੂੰ, ਔਰ ਕਮਾਲ ਦਾ ਮੇਰੇ ਖਿਆਲ ਨਾਲ ਕਮਾਲ ਦਾ ਰੰਗ ਸੀਗਾ। ਔਰ ਖਾਸ ਤੌਰ ਤੇ ਗੱਲ ਕਰਾਂਗੇ ਜਦੋਂ ਗੱਲ ਕਰਦੇ ਨੇ ਕਿ ਧੀਆਂ ਨੂੰ ਪੱਥਰ ਕਹਿਣ ਦੀ ਬਜਾਏ ਆਪਾਂ ਗੀਤ ਗਜ਼ਲ ਜਾਂ ਰੁਬਾਈ ਕਹੀਏ, ਤਾਂ ਇੱਕ ਬਹੁਤ ਵੱਡਾ ਸੁਨੇਹਾ ਹੈ ਆਪਣੇ ਸਮਾਜ ਪ੍ਰਤੀ। ਔਰ ਖੁਸ਼ੀ ਹੁੰਦੀ ਜਦੋਂ ਆਪਾਂ ਇਹੋ ਜਿਹਾ ਕੋਈ ਸਮਾਜਿਕ ਸਿਹਤ ਵਾਲੇ ਜੋ ਸ਼ੇਅਰ ਸੁਣਦੇ ਆ ਆਪਾਂ ਚੰਗਾ ਲੱਗਦਾ। ਔਰ ਮੈਡਮ ਆਪਾਂ ਯਤਨ ਕਰਾਂਗੇ ਆਪਾਂ ਇਸ ਤੋਂ ਅਗਲੇ ਰਾਉਂਡ 'ਚ ਇੱਕ ਇੱਕ ਰਚਨ ਹੋਰ ਆਪਾਂ ਸੁਣੀਏ, ਕੋਸ਼ਿਸ਼ ਕਰਾਂਗੇ, ਠੀਕ ਹੈ, ਜੇ ਟਾਈਮ ਮਿਲਿਆ ਆਪਾਂ ਨੂੰ। ਤੇ ਸੁਨੀਲ ਜੀ, ਮੈਂ ਤੁਹਾਡੇ ਨਾਲ ਮੈਂ ਇੱਕ ਆਪਣੀ ਨਾ ਗਜ਼ਲ ਦੇ ਚੰਦ ਸ਼ੇਅਰ ਤੁਹਾਡੇ ਨਾਲ ਸਾਂਝੇ ਕਰਦਾ ਮੈਂ, ਤੇ ਫਿਰ ਬਾਅਦ 'ਚ ਯਤਨ ਕਰਾਂਗੇ ਇੱਕ ਹੋਰ ਰਚਨਾ ਤੁਹਾਡੇ ਨਾਲ ਸਾਂਝੀ ਪਾਉਣਾ ਤੁਹਾਡੇ ਨਾਲ। ਸੋ ਇਵੇਂ ਸੀ ਕਿ ਇੱਕ ਗਜ਼ਲ ਦੇ ਚੰਦ ਸ਼ੇਅਰ ਨੇ ਬਲਜਿੰਦਰ ਜੀ, ਸੁਨੀਲ ਜੀ ਔਰ ਮੈਡਮ ਜਿਹਨੂੰ ਦਰਸ਼ਕ ਦੇਖ ਰਹੇ ਨੇ, ਕਿ ਇਵੇਂ ਸੀ ਕਿ ਜਦ ਨਦੀ ਦੇ ਤਲ ਤੇ ਕਾਬਿਜ਼ ਰਾਖ ਕੰਕਰ ਹੋ ਗਏ, ਜਦ ਨਦੀ ਦੇ ਤਲ ਤੇ ਕਾਬਿਜ਼ ਰਾਖ ਕੰਕਰ ਹੋ ਗਏ, ਸੋਗ ਵਿੱਚ ਇੰਜ ਲਹਿਰ ਤੜਫੀ, ਸੋਗ ਵਿੱਚ ਇੰਜ ਲਹਿਰ ਤੜਫੀ, ਹੀ ਸ਼ਾਂਤ ਸਾਗਰ ਹੋ ਗਏ, ਸੋਗ ਵਿੱਚ ਇੰਜ ਲਹਿਰ ਤੜਫੀ, ਹੀ ਸ਼ਾਂਤ ਸਾਗਰ ਹੋ ਗਏ। ਉਹ ਨਦੀ ਦੀ ਪਿਆਸ ਨੂੰ ਸੀ ਰੇਤ ਬਣ ਕੇ ਪਰਖਦਾ, ਉਹ ਨਦੀ ਦੀ ਪਿਆਸ ਨੂੰ ਸੀ ਰੇਤ ਬਣ ਕੇ ਪਰਖਦਾ, ਹੁਣ ਨਦੀ ਦੀ ਪਹੁੰਚ ਵਿੱਚ ਕਿੰਨੇ ਸਮੁੰਦਰ ਹੋ ਗਏ, ਹੁਣ ਨਦੀ ਦੀ ਪਹੁੰਚ ਵਿੱਚ ਕਿੰਨੇ ਸਮੁੰਦਰ ਹੋ ਗਏ। ਅਸ਼ਰ ਜੀ ਕੇ ਕੰਡਿਆਂ ਦੇ ਸ਼ਹਿਰ ਅੰਦਰ ਫੁੱਲ ਕਦੇ ਵਸਨੀਕ ਸਨ, ਕੰਡਿਆਂ ਦੇ ਸ਼ਹਿਰ ਅੰਦਰ ਫੁੱਲ ਕਦੇ ਵਸਨੀਕ ਸਨ, ਦੇਖ ਲੈ ਫੁੱਲਾਂ ਦੇ ਹੁਣ ਪੱਤੇ ਵੀ ਨਸ਼ਤਰ ਹੋ ਗਏ, ਦੇਖ ਲੈ ਫੁੱਲਾਂ ਦੇ ਹੁਣ ਪੱਤੇ ਵੀ ਨਸ਼ਤਰ ਹੋ ਗਏ, ਸ਼ਰਸੀਕੇ ਹੁਣ ਵਸਾਲੇ ਯਾਰ ਦੇ ਲਈ ਕਿਉਂ ਕਰਾਂ ਫਰਿਆਦ ਮੈਂ, ਹੁਣ ਵਸਾਲੇ ਯਾਰ ਦੇ ਲਈ ਕਿਉਂ ਕਰਾਂ ਫਰਿਆਦ ਮੈਂ, ਜੋ ਵੀ ਖਤ ਉਸਨੂੰ ਲਿਖੇ ਸਭ ਖਾਕ ਪੱਤਰ ਹੋ ਗਏ, ਜੋ ਵੀ ਖਤ ਉਸਨੂੰ ਲਿਖੇ ਸਭ ਖਾਕ ਪੱਤਰ ਹੋ ਗਏ, ਇਸ਼ਕ ਵਿੱਚ ਉਸਨੂੰ ਵਿਛੋੜਾ ਹੀ ਮਿਲੇ ਲਾਲੀ ਜਦੋਂ, ਇਸ਼ਕ ਵਿੱਚ ਉਸਨੂੰ ਵਿਛੋੜਾ ਹੀ ਮਿਲੇ ਲਾਲੀ ਜਦੋਂ, ਉਸਦਿਆਂ ਗੀਤਾਂ ਦੇ ਮੁਖੜੇ ਸੋਗ ਮਾਤਰ ਹੋ ਗਏ, ਉਸਦਿਆਂ ਗੀਤਾਂ ਦੇ ਮੁਖੜੇ ਸੋਗ ਮਾਤਰ ਹੋ ਗਏ, ਜਦ ਨਦੀ ਦੇ ਤਲ ਤੇ ਕਾਬਿਜ਼ ਰਾਖ ਕੰਕਰ ਹੋ ਗਏ। ਸੋ ਥੈਂਕ ਯੂ ਸੋ ਮਚ। ਔਰ ਮੇਰਾ ਮੈਸੇਜ, ਮੈਂ ਦਿਲ ਕਰ ਰਿਹਾ ਕਿ ਮੈਂ ਨਾ ਆਪਣੀ ਅੱਜ ਇੱਕ ਆਪਣੀ ਕਿਤਾਬ ਦੀ ਰਿਲੀਜ਼ ਕਰਨਾ ਸ਼ਿਕਾਗੋ ਚ, ਤੇ ਇਹਦੇ ਵਿੱਚੋਂ ਇੱਕ ਕਵਿਤਾ ਹੈ ਤੇ ਤੁਹਾਡੇ ਨਾਲ ਸਾਂਝ ਪਾਉਣਾ, ਚੰਦ ਲਾਈਨਾਂ ਉਸ ਕਵਿਤਾ ਦੀਆਂ, ਠੀਕ ਹੈ ਜੀ। ਸੁਨੀਲ ਜੀ, ਭਾਜੀ ਤੁਹਾਡੀ ਨਜ਼ਰ ਔਰ ਬਲਜਿੰਦਰ ਜੀ ਔਰ ਜਿਹਨੇ ਦਰਸ਼ਕ ਦੇਖ ਰਹੇ, ਤੁਹਾਡੀ ਨਜ਼ਰ ਕਿ ਇਵੇਂ ਸੀ ਕਿ ਇੱਕ ਕਹਾਣੀ ਨਿੱਤ ਮੇਰੇ ਵਿੱਚ ਜਨਮ ਲਵੇ, ਇੱਕ ਕਹਾਣੀ ਨਿੱਤ ਮੇਰੇ ਵਿੱਚ ਜਨਮ ਲਵੇ,
एक कहानी ही रोज ही अंदर मरदी है, एक कहानी ही रोज ही अंदर मरदी है, एक कहानी ही अपना हाल सुना जावे, एक कहानी ही कुछ भी कहनो डरदी है, एक कहानी ही ती बन कर रुशना जावे, एक कहानी ही ती बन कर रुशना जावे, एक कहानी पुत मेरे दे कर दी है, एक कहानी पुत मेरे दे कर दी है, एक कहानी सड़कां उत्ते वास करे, एक कहानी ही सड़कां उत्ते वास करे, एक कहानी ही सोफे ते भी ठरदी है, एक कहानी सोफे ते भी ठरदी है, एक कहानी ही पापा रोज सुनाउंदे ने, एक कहानी ही अखां नूं नम करदी है, वाह एक कहानी ही तेरी मेरी ही दुनिया दी, एक कहानी ही साडे निक्के कर दी है, एक कहानी ही सूरज चंदा धरती दी, बाबा एक कहानी ही लाली दा दम पर दी है, एक कहानी ही लाली दा दम पर दी है, एक वाह कहानी ही लाली दा दम, ला ला ला। थैंक यू बापू, वाह वाह शुक्रिया, थैंक यू सो मच। बहुत मैंने एक तो थोड़ा बढ़िया सांझ पै गया इसे माने किताब दी, और मैंने वाह खुशी है कि चलो अज आप एक पंजाबी की किताब है ना, तो आप शिकागो च अज रिलीज करा अमेरिका च, सो खुशी होंगी इस गल की कि पंजाबी की गल हो रही हो रही है। जी पर ये बहुत बहुत वधिया चल रहा है सारा प्रोग्राम, और मैं यत्न करांगा साडे कोल जिहड़े 15 मिंट है नहीं, तो आप क्यों ना जे टाइम सही यूज कर लीए, तो मैं फिर गुजारिश करांगा बलजिंदर भाई वीर जी कि कुछ ना कुछ अपनी जे एक एक अद्धी गजल अपनी होर सांझ पास खुशी होगी। बलजिंदर वीर जी हाँ जी हाँ जी भाई शुक्रिया भाई। जरूरी चंद फिर है कि समझदा जीत गया शायद, समझदा जीत गया शायद मुंडा के रेत दे घर नू। बलजिंदर माइक नेड़े करो यार, माइक नेड़े करो। जी हेलो हाँ हाँ जी ठीक जी है हूँ ठीक हाँ है जी जी। समझदा जी जीत गया शायद उठा के रेत दे घर नू, समझदा वाह जीत गया शायद उठा के रेत दे घर नू, ना इंज उछले रहे औकात विच आखो समुंदर नू, बहुत अच्छे ना इंज वाह उछले रहे औकात विच आखो समुंदर नू, मैं कीने सांभ रखिया है मोहब्बत ने जो दिता सी। फिर बहुत अच्छे देखांगे मैं सीने सांभ रखिया है मोहब्बत ने जो दिता सी, दोबारा भटकदा जब दिल हला देंदा हाँ खंजर नू, वाह दोबारा अच्छे भटकदा वाह जब दिल हला देंदा हाँ खंजर नू, कोई दसे किवें इस जिंदगी नू जिंदगी आखा, वाह 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 कोई दसे वधिया किवें इस जिंदगी नू जिंदगी आखा, ना धरती हाँ नू कदर कोई ते ना दस्ता हाँ अंबर नू, वाह बहुत वाह अच्छे वाह वाह बहुत अच्छे वाह वधिया क्या ना बात धरती वाह ते वधिया कदर कोई ते ना दस्ता हाँ अंबर नू, परां दा हुंदियां भी जो उडारी भर नहीं सकदा, परां दे हुंदियां भी जो उडारी भर नहीं सकदा, जिवें पंछी लई पिंजरा इवें महसूस दा कर, क्या बात है जिवें पंछी लई पिंजरा इवें पिंजरा महसूस दा कर। मैं सोचता करना वाह। कानून हाँ हाँ जी बहुत धन्यवाद जी वाह वाह बिल्कुल क्या बात है वाह बहुत अच्छे एक दो शेर हैं जी आखिरी के, अंदरों जी मेरे कोई नित पुछदा मैथों सवाल, अंदरों मेरे कोई नित पुछदा मैथों सवाल, कुछ तां है सवाल जो प्रीत मेरे तुर रहे है जो नाल नाल, क्या बात है वाह 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 कुछ तां है वप्रीत मेरे तुर रहा है क्यों नाल नाल, तुर रहा है जो नाल नाल,
ਚੀਨ ਚ ਚੱਲੀ ਔਦ ਸਾਰੀ ਕਸ਼ਮ ਕਸ਼ ਵਿੱਚ ਚੱਲਦੇ ਆ, ਚੀਤ ਚੱਲੀ ਔਦ ਸਾਰੀ ਕਸ਼ਮ ਕਸ਼ ਵਿੱਚ ਚੱਲਦੇ ਆ, ਫੂਲ ਚੱਲਦੇ ਵਾਂਗੂ ਚੁਭ ਰਹੇ ਅੰਦਰ ਮੇਰੇ ਕਿੰਨੇ ਸਵਾਲ, ਫੂਲ ਕਿਆ ਬਾਤ, ਵਾਂਗੂ ਚੁਭ ਰਹੇ ਅੰਦਰ ਮੇਰੇ ਕਿੰਨੇ। ਬਹੁਤ ਵਾਹ ਵਾਹ ਸ਼ੁਕਰੀਆ ਜੀ, ਬਹੁਤ ਅੱਛਾ ਬਜਨ, ਵਾਹ ਕਿਆ ਬਾਤ, ਵਾਹ ਬਹੁਤ ਬਾਬੇ ਵਾਹ, ਬਹੁਤ ਵਧੀਆ ਹੋਇਆ। ਔਰ ਸਾਡੀ ਗੁਜ਼ਾਰਿਸ਼ ਹੈ ਕਿ ਬਜਿੰਦਰ ਵੀਰੇ ਐਵੇਂ ਲਿਖਦੇ ਰਹੋ, ਔਰ ਤੁਹਾਡੇ ਮਤਲਬ ਤੁਹਾਡੇ ਕਲਾਮ 'ਚ ਇੱਕ ਹੈ, ਇੱਕ ਬੁਲੰਦੀ ਹੈ, ਔਰ ਸਾਡੀ ਗੁਜ਼ਾਰਿਸ਼ ਹੈ ਕਿ ਤੁਹਾਡਾ ਕਲਾਮ ਐਵੇਂ ਚੱਲਦਾ ਰਹੇ, ਸਾਨੂੰ ਖੁਸ਼ੀ ਹੁੰਦੀ ਹੈ। ਠੀਕ ਹੈ ਨਾ, ਪਰ ਤੁਸੀਂ ਉਹ ਸ਼ੇਅਰ ਕਰ ਰਹੇ ਸੀ, ਮੈਨੂੰ ਆਪਣਾ ਕੁਛ ਦੋ ਲਾਈਨਾਂ ਯਾਦ ਆ ਗਈ, ਮੈਨੂੰ ਲਿਖੀਆਂ ਸੀ ਆਪਣੀਆਂ, ਮੈਂ ਕਿ ਮੈਂ ਲਿਖਿਆ ਸੀ ਕਿ ਸੁਨੀਲ ਭਾਜੀ ਭੈਣ ਜੀ ਕਿ ਲਿਖਿਆ ਸੀ ਮੈਂ ਕਿ ਮੇਰੇ ਅੰਦਰ ਕੌਣ ਵਸੇਂਦਾ ਮੇਰੇ ਤੋਂ ਵਿਪਰੀਤ, ਵਾਹ, ਮੇਰੇ ਅੰਦਰ ਕੌਣ ਵਸੇਂਦਾ ਮੇਰੇ ਤੋਂ ਵਿਪਰੀਤ, ਮੈਂ ਰੋਵਾਂ ਇਹ ਉੱਚੀ ਉੱਚੀ ਗਾਉਂਦਾ ਫਿਰਦਾ ਗੀਤ। ਸੋ ਸੋ ਮੈਨੂੰ ਲੱਗਦਾ ਕਿ ਅਸੀਂ ਜਿੰਨੇ ਵੀ ਆਪਣਾ ਲੇਖਕ ਹੁੰਦੇ ਆ, ਸ਼ਾਇਰ ਹੁੰਦੇ ਆ, ਸਾਡੇ ਇੱਕ ਇੱਕ ਬਾਹਰ ਦਾ ਇੱਕ ਦ੍ਰਿਸ਼ ਹੁੰਦਾ, ਇੱਕ ਸਾਡੇ ਦ੍ਰਿਸ਼ ਅੰਦਰ ਚੱਲਦਾ ਸਾਡੇ ਨਾਲ ਚੱਲਦਾ। ਸੋ ਬਹੁਤ ਕਿਆ ਬਾਤ ਸੁਨੀਲ ਭਾਈ, ਹੁਣ ਤੁਹਾਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਾਂ ਸਮੇਂ ਦਾ ਲਾਹਾ ਲੈਂਦਿਆਂ ਹੋਇਆ ਤੁਹਾਡੇ ਕੋਲ ਤੁਹਾਡਾ ਕਲਾਮ ਬਹੁਤ ਸੁਣੀਏ, ਆਪਾਂ ਨੂੰ ਖੁਸ਼ੀ ਹੋਏਗੀ। ਠੀਕ ਹੈ, ਮੈਂ ਕੁਛ ਸ਼ੇਅਰ ਤੁਹਾਡੇ ਨਾਲ ਹੋਰ ਸਾਂਝੇ ਕਰ ਰਿਹਾ ਕਿ ਮੇਰਾ ਦਿਲ ਜੇਬ ਆਪਣੀ ਨਾਲ ਮਸਲਾ ਜੋੜ ਦਿੰਦਾ ਹੈ, ਮੇਰਾ ਦਿਲ ਜੇਬ ਆਪਣੀ ਨਾਲ ਮਸਲਾ ਜੋੜ ਦਿੰਦਾ ਹੈ, ਮੇਰਾ ਬੱਚਾ ਜਦੋਂ ਆਪਣਾ ਖਿਡੌਣਾ ਤੋੜ ਦਿੰਦਾ ਹੈ। ਬਹੁਤ ਅੱਛੇ, ਵਾਹ ਕੀ ਬਾਤ, ਮੇਰਾ ਦਿਲ ਜੇਬ ਆਪਣੀ ਨਾਲ ਮਸਲਾ ਜੋੜ ਦਿੰਦਾ ਹੈ, ਮੇਰਾ ਬੱਚਾ ਜਦੋਂ ਆਪਣਾ ਖਿਡੌਣਾ ਤੋੜ ਦਿੰਦਾ ਹੈ। ਮੈਂ ਨਿੱਤ ਹੀ ਆਪਣੀਆਂ ਲੋੜਾਂ ਨੂੰ ਅੱਜ ਕੱਲ ਕੁਤਰਦਾ ਰਹਿਣਾ, ਮੈਂ ਨਿੱਤ ਹੀ ਆਪਣੀਆਂ ਲੋੜਾਂ ਨੂੰ ਅੱਜ ਕੱਲ ਕੁਤਰਦਾ ਰਹਿਣਾ, ਮੇਰੇ ਪਰਿਵਾਰ ਨੂੰ ਬਾਜ਼ਾਰ ਨਵੀਆਂ ਲੋੜ ਦਿੰਦਾ ਹੈ। ਬਹੁਤ ਅੱਛੇ, ਮੈਂ ਨਿੱਤ ਹੀ ਆਪਣੀਆਂ ਲੋੜਾਂ ਨੂੰ ਅੱਜ ਕੱਲ ਕੁਤਰਦਾ ਰਹਿਣਾ, ਮੇਰੇ ਪਰਿਵਾਰ ਨੂੰ ਬਾਜ਼ਾਰ ਨਵੀਓ ਲੋੜ ਦਿੰਦਾ ਹੈ, ਕਰੇ ਜੀ ਕੇ ਰਹੇ ਚੁੱਲ੍ਹਾ ਭਰਾਵਾਂ ਨਾਲ ਸਾਂਝਾ ਹੀ, ਕਰੇ ਜੀ ਕੇ ਰਹੇ ਚੁੱਲ੍ਹਾ ਭਰਾਵਾਂ ਨਾਲ ਸਾਂਝਾ ਹੀ, ਮੇਰਾ ਆਪਣਾ ਹਿਸਾਬੀ ਮਨ ਇਹ ਸੁਪਨਾ ਤੋੜ ਦਿੰਦਾ ਹੈ। ਬਹੁਤ ਅੱਛੇ, ਬਹੁਤ ਅੱਛੇ, ਵਾਹ, ਦੁਬਾਰਾ ਕਿਉਂ ਸੁਨੀਲ ਜੀ, ਦੁਬਾਰਾ ਕਿਉਂ, ਕਰੇ ਜੀ ਕੇ ਰਹੇ ਚੁੱਲ੍ਹਾ ਭਰਾਵਾਂ ਨਾਲ ਸਾਂਝਾ ਹੀ, ਮੇਰਾ ਆਪਣਾ ਹਿਸਾਬੀ ਮਨ ਇਹ ਸੁਪਨਾ ਤੋੜ ਦਿੰਦਾ ਹੈ। ਤੋੜ ਦਿੰਦਾ ਹੈ, ਵਾਹ, ਜਦੋਂ ਤੋਂ ਕਰਨ ਲੱਗਾ ਦਿਲ ਦਿਲਾਂ ਤੇ ਰਾਜ ਉਦੋਂ ਤੋਂ, ਜਦੋਂ ਤੋਂ ਕਰਨ ਲੱਗਾ ਦਿਲ ਦਿਲਾਂ ਤੇ ਰਾਜ ਉਦੋਂ ਤੋਂ, ਇਹ ਸ਼ਾਹੀ ਦਾ ਅਵਤਾਰ ਬਿਨ ਸੋਚਿਆਂ ਹੀ ਮੋੜ ਦਿੰਦਾ। ਬਹੁਤ ਅੱਛੇ, ਵਾਹ ਵਾਹ, ਚਿਹਰੇ ਕਿ ਤੁਹਾਡਾ ਮੈਨੂੰ ਆਪਣੇ ਸਾਂਚਿਆਂ ਵਿੱਚ ਢਾਲਦੇ ਰਹਿਣਾ ਮੁਨਾਸਿਬ ਹੈ, ਚਲੋ ਮਿੱਟੀ ਚੋਂ ਸੋਨਾ ਭਾਲਦੇ ਰਹਿਣਾ। ਵਾਹ, ਸਾਡੀ ਵੀ ਕੀ ਹੋਣੀ ਹੈ, ਕਦੇ ਸਾਗਰ ਵੀ ਠੁਕਰਾਉਣੇ, ਸਾਡੀ ਵੀ ਕੀ ਹੋਣੀ ਹੈ, ਕਦੇ ਸਾਗਰ ਵੀ ਠੁਕਰਾਉਣੇ, ਕਦੇ ਫਿਰ ਤੁਪਕਿਆਂ ਵਿੱਚੋਂ ਸਮੁੰਦਰ ਭਾਲਦੇ ਰਹਿਣਾ। ਕਿਆ ਬਾਤ ਹੈ, ਵਾਹ ਵਾਹ, ਕਿਆ ਬਾਤ, ਸਾਡੀ ਵੀ ਕੀ ਹੋਣੀ ਹੈ, ਕਦੇ ਸਾਗਰ ਵੀ ਠੁਕਰਾਉਣੇ, ਕਦੇ ਫਿਰ ਤੁਪਕਿਆਂ ਵਿੱਚੋਂ ਸਮੁੰਦਰ ਭਾਲਦੇ ਰਹਿਣਾ, ਤੁਹਾਨੂੰ ਜੀਣ ਦੇ ਉਸ ਲੁਤਫ ਤੋਂ ਮਨਫੀ ਕਰੀ ਰੱਖਦਾ, ਤੁਹਾਨੂੰ ਜੀਣ ਦੇ ਉਸ ਲੁਤਫ ਤੋਂ ਮਨਫੀ ਕਰੀ ਰੱਖਦਾ, ਵਕਤ ਬੇਵਕਤ ਆਪਣੇ ਆਪ ਨੂੰ ਸੰਭਾਲਦੇ ਰਹਿਣਾ। ਇੱਕ ਸ਼ੇਅਰ ਦੇਖਣਾ ਕਿ ਹਯਾਤੀ ਮਾਣ ਦਾ ਜੇਕਰ ਇਹਨਾਂ ਨੂੰ ਹੱਸ ਕੇ ਮਿਲਦਾ, ਹਯਾਤੀ ਮਾਣ ਦਾ ਜੇਕਰ ਇਹਨਾਂ ਨੂੰ ਹੱਸ ਕੇ ਮਿਲਦਾ, ਬੜਾ ਮਹਿੰਗਾ ਪਿਆ ਏ ਔਕੜਾਂ ਨੂੰ ਟਾਲਦੇ ਰਹਿਣਾ, ਟਾਲਦੇ ਰਹਿਣਾ। ਕੀ ਬਾਤ ਹੈ, ਵਾਹ, ਆਖਰੀ ਸ਼ੇਅਰ ਹੈ ਕਿ ਨਹੀਂ ਦਾਵਾ ਕੋਈ ਕਿ ਕਦ ਚ ਫੇਰੇ ਰੋਸ਼ਨੀ ਹੋਊ, ਨਹੀਂ ਦਾਵਾ ਕੋਈ ਕਿ ਕਦ ਚ ਫੇਰੇ ਰੋਸ਼ਨੀ ਹੋਊ, ਸਾਡਾ ਧਰਮ ਹੈ ਬਸ ਬੁਝ ਗਿਆ ਨੂੰ ਬਾਲਦੇ ਰਹਿਣਾ। ਹਾਂ, ਬਹੁਤ ਅੱਛੇ, ਵਾਹ, ਸਾਡਾ ਧਰਮ ਹੈ ਬਸ ਬਾਲਦੇ ਰਹਿਣਾ, ਕਿਆ ਬਾਤ, ਬਾਬੇ ਵਾਹ, ਬਸ ਸੁਨੀਲ ਜੀ ਬਹੁਤ ਬਹੁਤ ਆਨੰਦ ਹੈ। ਔਰ ਮੈਂ ਅੱਗੇ ਗੱਲ ਕਰਦਾ ਕਿ ਤੁਸੀਂ ਬਹੁਤ ਵਧੀਆ ਇੱਕ ਉਪਰਾਲਾ ਕਰ ਰਹੇ ਹੋ, ਸ਼ਬਦ ਸੋਚ ਗਰੁੱਪ ਰਾਹੀਂ ਇੱਕ ਜਿਹੜਾ ਵਧੀਆ ਸਾਹਿਤ ਹੈ, ਇੱਕ ਵਧੀਆ ਚਾਹੇ ਗਜ਼ਲਾਂ ਨੇ ਚਾਹੇ ਰਚਨਾਵਾਂ ਨੇ, ਉਹ ਸਾਨੂੰ ਪੜ੍ਹਨ ਨੂੰ ਮਿਲਦੀਆਂ ਨੇ। ਤੁਸੀਂ ਇਵੇਂ ਕਰਦੇ ਰਹੋ ਔਰ ਲੱਗੇ ਰਹੋ, ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿਉਂਕਿ ਤੁਹਾਡੇ ਨਾਲ ਬਹੁਤ ਲੋਕ ਜੁੜੇ ਹੋਣ।
ਬਹੁਤ ਖੁਸ਼ੀ, ਕਿਆ ਬਾਤ ਹੈ, ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ। ਬਿਲਕੁਲ, ਔਰ ਪ੍ਰੋਗਰਾਮ ਦੇ ਆਪਾਂ ਵੱਧ ਰਹੇ ਹਾਂ, ਅਖੀਰ ਵੱਲ ਵੱਧ ਰਹੇ ਹਾਂ, ਤੇ ਮੇਰੀ ਹੁਣ ਗੁਜ਼ਾਰਿਸ਼ ਹੋਏਗੀ ਗੁਰਚਰਨ ਕੌਰ ਭੈਣ ਜੀ ਨੂੰ ਕਿ ਭੈਣ ਜੀ ਤੁਸੀਂ ਆਪਣੇ ਕਲਾਮ ਨਾਲ ਸਾਨੂੰ ਨਵਾਜੋ। ਅਖੀਰ ਤੇ ਆਪਾਂ ਪਹੁੰਚੇ ਹਾਂ, ਤੁਹਾਡੇ ਪ੍ਰੋਗਰਾਮ ਆਪਾਂ ਪ੍ਰੋਗਰਾਮ ਨੂੰ ਸਮਾਪਤੀ ਵੱਲ ਪਹੁੰਚਾਂਗੇ ਆਪਾਂ। ਸੋ ਸਾਡੇ ਖਾਸ ਮਹਿਮਾਨ ਵੀ ਹਨ ਗੁਰਚਰਨ ਕੌਰ ਭੈਣ ਜੀ, ਔਰ ਭੈਣ ਜੀ ਆਪਣਾ ਮਾਈਕ ਤੁਸੀਂ ਅਨਮਿਊਟ ਕਰ ਲਓ, ਤੁਹਾਡਾ ਮਾਈਕ ਮਿਊਟ ਆ, ਤੁਹਾਡਾ ਮਾਈਕ ਅਨਮਿਊਟ ਕਰ ਲਓ। ਹਾਂਜੀ 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 ਬਿਲਕੁਲ ਭੈਣ ਜੀ ਹਾਂਜੀ ਤਾਂ ਮੈਂ ਹਾਂਜੀ ਭੈਣ ਜੀ ਦੱਸਣਾ ਚਾਹੁੰਦੀ ਹਾਂ ਕਿ ਇੱਕ ਵਰਕਿੰਗ ਲੇਡੀ ਹੋਣ ਦੇ ਨਾਤੇ ਨਾ ਮੈਨੂੰ ਪਤਾ ਹੈ ਕਿ ਜਿਹੜੇ ਵਰਕਿੰਗ ਲੇਡੀਜ਼ ਦੇ ਬੱਚੇ ਨੇ ਨਾ ਅਸੀਂ ਕਰਾਚੀ ਵਿੱਚ ਛੱਡਦੇ ਹਾਂ ਜਾਂ ਡੇ ਕੇਅਰ ਸੈਂਟਰ 'ਚ ਛੱਡਦੇ ਹਾਂ। ਤਾਂ ਮੈਨੂੰ ਇੱਕ ਦਿਨ ਮੈਂ ਪਾਰਕ ਵਿੱਚ ਬੈਠੀ ਤਾਂ ਮੈਂ ਦੇਖਿਆ ਕਿ ਫੁੱਲ ਟਹਿਣੀਆਂ ਤਾਂ ਲੱਗੇ ਹੋਏ ਨੇ, ਹਵਾ ਆਈ, ਟਾਹਣੀ ਹਿੱਲੀ ਔਰ ਫੁੱਲ ਜਿਹੜਾ ਟੈਕਣ ਲੱਗ ਗਿਆ। ਤੇ ਮੈਨੂੰ ਕਿਆ ਬਾਤ ਇੱਕਦਮ ਆਇਆ ਜਿਸ ਵਿੱਚ ਮੈਂ ਬੱਚਿਆਂ ਨੂੰ ਫੁੱਲਾਂ ਨਾਲ ਔਰ ਟਾਹਣੀਆਂ ਨੂੰ ਝੂਲਿਆਂ ਨਾਲ, ਹਵਾਵਾਂ ਨੂੰ ਮਾਵਾਂ ਨਾਲ ਉਹ ਦੇਖ ਕੇ ਲਿਖਿਆ ਸ਼ੇਅਰ ਤੋਂ ਪਹਿਲਾਂ, ਕਿਵੇਂ ਫੁੱਲ ਟੈਕਣ ਹਵਾਵਾਂ ਨਾ ਆਈਆਂ। ਤਾਂ ਇਹ ਸ਼ੇਅਰ ਮੇਰੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਹਿੰਦੀ 'ਚ ਅਨੁਵਾਦ ਕੀਤਾ ਹੈ ਜੀ ਉਹਨਾਂ ਦਾ, ਜੀ ਜੀ ਬਿਲਕੁਲ ਜੀ, ਕਿਵੇਂ ਫੁੱਲ ਟੈਕਣ ਹਵਾਵਾਂ ਨਾ ਆਈਆਂ ਤੇ ਝੂਲੇ ਝੁਲਾਵਣ ਨੂੰ ਮਾਵਾਂ ਨਾ ਆਈਆਂ, ਕਿਵੇਂ ਫੁੱਲ ਟੈਕਣ ਹਵਾਵਾਂ ਨਾ ਆਈਆਂ ਕਿ ਝੂਲੇ ਝੁਲਾਵਣ ਨੂੰ ਮਾਵਾਂ ਨਾ ਆਈਆਂ, ਸੁਗੰਧੀ ਲਿਆਵਣ ਜੋ ਗਈਆਂ ਸਵੇਰੇ, ਸੁਗੰਧੀ ਲਿਆਵਣ ਜੋ ਗਈਆਂ ਸਵੇਰੇ ਹੋਈ ਸ਼ਾਮ ਪਰ ਉਹ ਹਵਾਵਾਂ ਨਾ ਆਈਆਂ, ਉਹ ਬੋਤਲ ਤੋਂ ਦੁੱਧ ਪੀ ਕੇ ਫਿਰ ਸੌਂ ਗਏ ਨੇ, ਉਹ ਬੋਤਲ ਚ ਦੁੱਧ ਪੀ ਕੇ ਫਿਰ ਸੌਂ ਗਏ ਨੇ, ਅਜੇ ਦਫਤਰੋਂ ਪਰਤ ਮਾਵਾਂ ਨਾ ਆਈਆਂ, ਕਿਵੇਂ ਫੁੱਲ ਟਹਿਕਣ ਹਵਾਵਾਂ ਨਾ ਆਈਆਂ ਕਿ ਝੂਲੇ ਚੁਲਾਵਣ ਨੂੰ ਮਾਵਾਂ ਨਾ ਆਈਆਂ, ਕਿ ਝੂਲੇ ਚੁਲਾਵਣ ਨੂੰ ਮਾਵਾਂ ਨਾ ਆਈਆਂ। ਤੋਂ ਗਜ਼ਲ ਇੱਕ ਪੇਸ਼ ਕਰ ਰਹੀ ਹਾਂ, ਇਹਦੀ ਮੇਰੀ ਬਿਲਕੁਲ ਅਲੱਗ ਤਰ੍ਹਾਂ ਦੀ ਅੱਜ ਕੱਲ ਦੇ ਹਾਲਾਤਾਂ ਦੀ, ਕੁਛ ਵਿਅੰਗ ਵੀ ਹੈ ਇਹਦੇ ਵਿੱਚ। ਦਿਨੋਂ ਦਿਨ ਹੀ ਘਟਦੇ ਜਾਂਦੇ ਛਾਵਾਂ ਦੇ ਸਿਰਨਾਵੇਂ, ਦਿਨੋਂ ਦਿਨ ਹੀ ਘਟਦੇ ਜਾਂਦੇ ਛਾਵਾਂ ਦੇ ਸਿਰਨਾਵੇਂ, ਮੁਸ਼ਕਿਲ ਨਾਲ ਨੇ ਮਿਲਦੇ ਪਿੱਪਲਾਂ ਬੋੜਾਂ ਦੇ ਸਿਰਨਾਵੇਂ, ਦਿਨੋਂ ਦਿਨ ਹੀ ਘਟਦੇ ਜਾਂਦੇ ਛਾਵਾਂ ਦੇ ਸਿਰਨਾਵੇਂ, ਮੁਸ਼ਕਿਲ ਨਾਲ ਨੇ ਮਿਲਦੇ ਪਿੱਪਲਾਂ ਬੋੜਾਂ ਦੇ ਸਿਰਨਾਵੇਂ, ਤੂੰ ਬੇਰੁਜ਼ਗਾਰੀ ਨੇ ਕਰ ਦਿੱਤੇ ਸਾਡੇ ਬਾਲ ਨਸ਼ੇੜੀ, ਬੇਰੁਜ਼ਗਾਰੀ ਨੇ ਕਰ ਦਿੱਤੇ ਸਾਡੇ ਬਾਲ ਨਸ਼ੇੜੀ, ਡਿਗਰੀ ਦੀ ਥਾਂ ਚੁੱਕੀ ਫਿਰਦੇ ਨਸ਼ਿਆਂ ਦੇ ਸਿਰਨਾਵੇਂ, ਬੇਰੁਜ਼ਗਾਰੀ ਨੇ ਕਰ ਦਿੱਤੇ ਸਾਡੇ ਬਾਲ ਨਸ਼ੇੜੀ, ਡਿਗਰੀ ਦੀ ਥਾਂ ਚੁੱਕੀ ਫਿਰਦੇ ਨਸ਼ਿਆਂ ਦੇ ਸਿਰਨਾਵੇਂ। ਤੂੰ ਦੇਖੋ ਇੱਕ ਸ਼ੇਰ ਪਖੰਡੀ ਬਾਬਿਆਂ ਬਾਰੇ, ਕੱਲ ਇੱਕ ਡੇਰੇ ਦੇ ਬਾਬੇ ਦਾ ਸੜਕ ਹਾਦਸਾ ਹੋਇਆ, ਕੱਲ ਇੱਕ ਡੇਰੇ ਦੇ ਬਾਬੇ ਦਾ ਸੜਕ ਹਾਦਸਾ ਹੋਇਆ, ਜੇਬ ਫਰੋਲੀ ਵਿੱਚੋਂ ਨਿਕਲੇ ਨਾਰਾਂ ਦੇ ਸਿਰਨਾਵੇਂ, ਕੱਲ ਇੱਕ ਡੇਰੇ ਦੇ ਬਾਬੇ ਦਾ ਸੜਕ ਹਾਦਸਾ ਹੋਇਆ, ਜੇਬ ਫਰੋਲੀ ਵਿੱਚੋਂ ਨਿਕਲੇ ਨਾਰਾਂ ਦੇ ਸਿਰਨਾਵੇਂ। ਤੂੰ ਸ਼ੇਰ ਦੇਖਣਾ ਅੱਜ ਦਾ ਰਾਂਝਾ, ਉਹ ਹੀਰਾਂ ਦੇ ਵਾਲਾ ਤਾਂ ਪਿਆਰ ਖਤਮ ਹੋ ਗਿਆ, ਤੇ ਜੋ ਮੈਂ ਮਹਿਸੂਸ ਕੀਤਾ ਹੈ, ਅੱਜ ਦਾ ਰਾਂਝਾ ਇੱਕ ਦੀ ਥਾਂ ਤੇ ਕਈ ਕਈ ਹੀਰਾਂ ਰੱਖੇ, ਅੱਜ ਦਾ ਰਾਂਝਾ ਇੱਕ ਦੀ ਥਾਂ ਤੇ ਕਈ ਕਈ ਹੀਰਾਂ ਰੱਖੇ, ਹੀਰ ਦੇ ਕੋਲੋਂ ਵੀ ਮਿਲਦੇ ਨੇ ਰਾਂਝਿਆਂ ਦੇ ਸਿਰਨਾਵੇਂ, ਅੱਜ ਦਾ ਰਾਂਝਾ ਸ਼ੁਕਰੀਆ, ਅੱਜ ਦਾ ਰਾਂਝਾ ਇੱਕ ਦੀ ਥਾਂ ਤੇ ਕਈ ਕਈ ਹੀਰਾਂ ਰੱਖੇ, ਹੀਰ ਦੇ ਕੋਲੋਂ ਵੀ ਮਿਲਦੇ ਨੇ ਰਾਂਝਿਆਂ ਦੇ ਸਿਰਨਾਵੇਂ। ਇਹ ਕੈਸਾ ਹੈ ਦੌਰ ਕਿ ਸਭ ਕੁਝ ਉਲਟਾ ਪੁਲਟਾ ਹੋਇਆ, ਇਹ ਕੈਸਾ ਹੈ ਦੌਰ ਕਿ ਸਭ ਕੁਝ ਉਲਟਾ ਪੁਲਟਾ ਹੋਇਆ, ਬਾਗ ਉਜਾੜਨ ਵਾਲਾ ਲੱਭਦਾ ਮਹਿਕਾਂ ਦੇ ਸਿਰਨਾਵੇਂ, ਇਹ ਕੈਸਾ ਹੈ ਦੌਰ ਕਿ ਸਭ ਕੁਝ ਉਲਟਾ ਪੁਲਟਾ ਹੋਇਆ, ਬਾਗ ਉਜਾੜਨ ਵਾਲਾ ਲੱਭਦਾ ਮਹਿਕਾਂ ਦੇ ਸਿਰਨਾਵੇਂ। ਤੂੰ ਸ਼ੇਰ ਦੇਖਣਾ ਜੰਗਲਾਂ ਦੀ ਕਟਾਈ ਬਾਰੇ, ਕਿਵੇਂ ਚੋਗ ਲਿਆਵਣ ਗਿਆ ਪਰਿੰਦਾ ਪਰਤ ਜਦੋਂ ਸੀ ਆਇਆ, ਚੋਗ ਲਿਆਵਣ ਗਿਆ ਪਰਿੰਦਾ ਪਰਤ ਜਦੋਂ ਸੀ ਆਇਆ, ਮਿੱਟ ਚੁੱਕੇ ਸਾਂ ਰੁੱਖ ਆਲਣਾ ਵੋਟਾਂ ਦੇ ਸਿਰਨਾਵੇਂ, ਚੋਗ ਲਿਆਵਣ ਗਿਆ ਪਰਿੰਦਾ ਪਰਤ ਜਦੋਂ ਸੀ ਆਇਆ, ਮਿੱਟ ਚੁੱਕੇ ਸਨ ਰੁੱਖ ਆਲਣਾ ਵੋਟਾਂ ਦੇ ਸਿਰਨਾਵੇਂ। ਤੋ ਮਾਫ ਕਰਨਾ, ਮੈਂ ਧੋਖੇਬਾਜ਼ ਜਿਹੜੇ ਵਿਦੇਸ਼ੀ ਲਾੜੇ ਉਹਨਾਂ ਬਾਰੇ ਵੀ ਲਿਖਿਆ ਹੈ, ਧੋਖੇਬਾਜ਼ ਵਿਦੇਸ਼ੀ ਲਾੜਿਆਂ ਨਾਲ ਵਿਆਹੀਆਂ ਕੁੜੀਆਂ, ਧੋਖੇਬਾਜ਼ ਵਿਦੇਸ਼ੀ ਲਾੜਿਆਂ ਨਾਲ ਵਿਆਹੀਆਂ ਕੁੜੀਆਂ, ਵਿੱਚ ਕਚਹਿਰੀ ਲਈ ਫਿਰਦੀਆਂ ਲਾਵਾਂ ਦੇ ਸਿਰਨਾਵੇਂ, ਸਿਰਫ ਲਾਵਾਂ ਦੀਆਂ ਫੋਟੋ ਲੈ ਕੇ ਫਿਰਦੀਆਂ ਹੁੰਦੀਆਂ, ਧੋਖੇਬਾਜ਼ ਵਿਦੇਸ਼ੀ ਲਾੜਿਆਂ ਨਾਲ ਵਿਆਹੀਆਂ ਕੁੜੀਆਂ, ਵਿੱਚ ਕਚਹਿਰੀ ਲਈ ਫਿਰਦੀਆਂ
ਲਾਵਾਂ ਦੇ ਸਿਰਨਾਵੇ। ਤੋ ਇੱਕ ਮੈਂ ਈਟੀਐਮ ਦੀ ਗੱਲ ਕਰਦੀ ਹਾਂ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ। ਵੋਟ ਅਸੀਂ ਕਿਸੇ ਨੂੰ ਪਾਉਂਦੇ ਹਾਂ, ਗਿਣਤੀ ਕਿਤੇ ਕਿਸੇ ਹੋਰ ਵੋਟਰ ਵੱਲ, ਕਿਸੇ ਹੋਰ ਉਮੀਦਵਾਰ ਚੱਲ ਜਾਂਦੀ। ਤਾਂ ਮੈਂ ਲਿਖਿਆ ਹੈ, ਸਾਈਆਂ ਕਿਤੇ ਵਧਾਈਆਂ ਕਿਧਰੇ, ਈਟੀਐਮ ਦੀ ਆਦਤ ਬਣ ਗਈ। ਸਾਈਆਂ ਕਿਤੇ ਵਧਾਈਆਂ ਕਿਧਰੇ, ਈਟੀਐਮ ਦੀ ਆਦਤ ਬਣ ਗਈ। ਤਾਂ ਹੀ ਉਹ ਝਟਪਟ ਬਦਲ ਹੈ ਦਿਨ ਦੀ, ਵੋਟਾਂ ਦੇ ਸਿਰਨਾਵੇ। ਸਾਈਆਂ ਕਿਤੇ ਵਧਾਈਆਂ ਕਿਧਰੇ, ਈਟੀਐਮ ਦੀ ਆਦਤ ਬਣ ਗਈ। ਤਾਂ ਹੀ ਉਹ ਝਟਪਟ ਬਦਲ ਹੈ ਦਿਨ ਦੀ, ਵੋਟਾਂ ਦੇ ਸਿਰਨਾਵੇ। ਤੂੰ ਕਿੱਥੇ ਕਿੱਥੇ ਬਚਪਨ ਰੁਲਦਾ, ਆ ਕੋਚਰ ਦਿਖਲਾਵਾਂ। ਕਿੱਥੇ ਕਿੱਥੇ ਬਚਪਨ ਰੁਲਦਾ, ਆ ਕੋਚਰ ਦਿਖਲਾਵਾਂ। ਨਹੀਂ ਤਾਂ ਲਿਖ ਲੈ ਘਰਾਂ ਦੁਕਾਨਾਂ ਢਾਬਿਆਂ ਦੇ ਸਿਰਨਾਵੇ। ਤੇ ਕਿੱਥੇ ਕਿੱਥੇ ਬਚਪਨ ਰੁਲਦਾ, ਆ ਕੋਚਰ ਦਿਖਲਾਵਾਂ। ਨਹੀਂ ਤਾਂ ਲਿਖ ਲੈ ਘਰਾਂ ਦੁਕਾਨਾਂ ਢਾਬਿਆਂ ਦੇ ਸਿਰਨਾਵੇ। ਤੋ ਮਕਤਾ ਪੇਸ਼ ਕਰ ਰਹੀ ਹਾਂ, ਲੋਕਾਂ ਖਾਤਰ ਜੀਣ ਮਰਨ ਦਾ ਸੁੱਚਾ ਮਕਸਦ ਜਿਸਦਾ। ਲੋਕਾਂ ਖਾਤਰ ਜੀਣ ਮਰਨ ਦਾ ਸੁੱਚਾ ਮਕਸਦ ਜਿਸਦਾ, ਕੀ ਕਰਨੇ ਨੇ ਉਸਨੇ ਮਸਜਿਦ ਮੰਦਰਾਂ ਦੇ ਸਿਰਨਾਵੇ। ਤੋ ਰਾਤੋ ਰਾਤ ਅਮੀਰ ਬਣਨ ਦੇ ਲਾਲਚ ਵਿੱਚ ਕੁਝ ਲੋਕ ਲੱਭ ਲੈਂਦੇ ਨੇ ਗੈਰ ਕਾਨੂੰਨੀ ਕੰਮਾਂ ਦੇ ਸਿਰਨਾਵੇ। ਤੋ ਲੋਕਾਂ ਖਾਤਰ ਜੀਣ ਮਰਨ ਦਾ ਸੁੱਚਾ ਮਕਸਦ ਜਿਸਦਾ, ਕੀ ਕਰਨੇ ਨੇ ਉਸਨੇ ਮਸਜਿਦ ਮੰਦਰਾਂ ਦੇ ਸਿਰਨਾਵੇ। ਬਹੁਤ ਬਹੁਤ ਸ਼ੁਕਰੀਆ। ਬਸ ਕੀ ਬਾਤ, ਵਾਹ ਵਾਹ, ਕੀ ਬਾਤ ਹੈ, ਵਾਹ ਵਾਹ ਭੈਣ ਜੀ, ਤੁਹਾਡੀ ਤੁਹਾਡੀ ਵਾਕਿਆ ਰਚਨਾ ਕਮਾਲ ਦੀ। ਔਰ ਤੁਸੀਂ ਮੇਰੇ ਖਿਆਲ ਨਾਲ ਇਸ ਰਚਨਾ ਵਿੱਚ ਹਰ ਇੱਕ ਪਹਿਲੂ ਨੂੰ ਛੂੰਹਦੀ ਔਰ ਛੂਹਿਆ, ਬੜੇ ਬਖੂਬੀ ਛੂਹਿਆ, ਚਾਹੇ ਉਹ ਬਾਬੇ ਦੀ ਗੱਲ ਕਰੀਏ, ਚਾਹੇ ਉਹ EVM ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਹੋਣ, ਠੀਕ ਹੈ, ਚਾਹੇ ਬਚਪਨ ਹੋਵੇ, ਚਾਹੇ ਉਹ ਔਰਤਾਂ ਦੀ ਗੱਲ ਹੋਵੇ, ਚਾਹੇ ਮਰਦਾਂ ਦੀ ਗੱਲ ਹੋਵੇ, ਚਾਹੇ ਸਮਾਜ ਦੀ ਗੱਲ ਹੋਵੇ, ਬੜੀ ਮਤਲਬ ਕਮਾਲ ਦੀ ਰਚਨਾ ਤੁਹਾਡੀ, ਪੂਰੇ ਪੂਰੇ ਪੂਰੀ ਪੂਰੀ ਰਚਨਾ, ਵਾਹ ਕੀ ਬਾਤ ਹੈ। ਔਰ ਜਿੰਨੇ ਦੋਸਤ ਇਸ ਟਾਈਮ ਦੇਖ ਰਹੇ ਨੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਸਾਰਿਆਂ ਦੇ ਹੁੰਗਾਰੇ ਨਾਲ ਹੀ ਸਾਨੂੰ ਇੱਕ ਹੋਰ ਬਲ ਮਿਲਦਾ ਹੈ। ਔਰ ਮੇਰੀ ਇੱਕ ਗੁਜ਼ਾਰਿਸ਼ ਜ਼ਰੂਰ ਹੈ ਸਾਰੇ ਹੀ ਦਰਸ਼ਕਾਂ ਨੂੰ ਜਾਂ ਜੋ ਵੀ ਦੇਖ ਰਹੇ ਨੇ, ਕਿ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਤੁਹਾਡੇ ਸ਼ੇਅਰ ਕਰਨਾ, ਹੋ ਸਕਦਾ ਕੋਈ ਨਾ ਕੋਈ ਨਵੀਂ ਪੀੜ੍ਹੀ 'ਚ ਕੋਈ ਬੱਚਾ ਜਾਂ ਬੱਚੀ ਸਾਡੇ ਨਾਲ ਜੁੜਨ, ਸਾਨੂੰ ਖੁਸ਼ੀ ਹੋਏਗੀ। ਕੋਈ ਜਦੋਂ ਤੁਸੀਂ ਸਾਹਿਤ ਨਾਲ ਜੁੜਦੇ ਜੋ, ਤੁਸੀਂ ਇੱਕ ਉਸਾਰੂ ਸੋਚ ਨਾਲ ਜੁੜਦੇ ਜੋ, ਪੋਜ਼ਿਟਿਵ ਥਾਟ ਨਾਲ ਜੁੜਦੇ ਜੋ, ਤੇ ਤੁਸੀਂ ਉਹ ਨੈਗੇਟਿਵ ਥਾਟ ਤੋਂ ਜਾਂ ਨਸ਼ਿਆਂ ਤੋਂ ਤੁਸੀਂ ਦੂਰ ਹੁੰਦੇ ਜੋ। ਸੋ ਭੈਣ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਬਲਜਿੰਦਰ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਚ ਆਏ। ਔਰ ਸੁਨੀਲ ਜੀ ਦਾ ਬਹੁਤ ਸ਼ੁਕਰੀਆ। ਹਾਂ ਨਹੀਂ ਨਹੀਂ ਬਿਲਕੁਲ, ਔਰ ਇਹੀ ਯਤਨ ਹੈ ਕਿ ਇੱਕ ਆਪਾਂ ਗੱਲ ਕਰਦੇ ਹਾਂ ਪੰਜਾਬੀ ਦੀ ਗੱਲ ਕਰ ਰਹੇ ਹਾਂ, ਚਾਹੇ ਪੰਜਾਬੀ, ਮੇਰੀ ਫਿਰ ਇੱਕ ਗੁਜ਼ਾਰਿਸ਼ ਹੈ ਜੋ ਵੀ ਦਰਸ਼ਕ ਇਸ ਟਾਈਮ ਦੇਖ ਰਹੇ ਹਨ, ਕਿ ਜੇ ਤੁਸੀਂ ਪੰਜਾਬੀ ਦੀ ਕਿਸੇ ਵੀ ਵਿਧਾ ਵਿੱਚ ਯਤਨਸ਼ੀਲ ਹੋ, ਕਾਰਜ ਕਰ ਰਹੇ ਹੋ, ਤਾਂ ਪਲੀਜ਼ ਸਾਡੇ ਨਾਲ ਰਾਬਤਾ ਕਰ ਲਿਓ, ਅਸੀਂ ਯਤਨ ਕਰਾਂਗੇ ਤੁਹਾਨੂੰ ਪ੍ਰੋਗਰਾਮ 'ਚ ਲੈ ਕੇ ਆਈਏ। ਕਿਉਂਕਿ ਚਾਹੇ ਕਹਾਣੀ ਹੋਵੇ, ਚਾਹੇ ਹਾਈਕੂ ਹੋਵੇ, ਚਾਹੇ ਵਾਰਤਿਕ ਹੈ, ਚਾਹੇ ਕਵਿਤਾ ਹੈ, ਚਾਹੇ ਗਜ਼ਲ ਹੈ, ਚਾਹੇ ਖੋਲੀ ਕਵਿਤਾ ਹੈ, ਕਿਸੇ ਵਿਧਾ ਤੁਸੀਂ ਕੰਮ ਕਰ ਰਹੇ ਤਾਂ ਤੁਹਾਨੂੰ ਖੁਸ਼ੀ ਹੋਏਗੀ ਕਿ ਤੁਹਾਨੂੰ ਆਪਾਂ ਤੁਹਾਡਾ ਆਪਾਂ ਤੁਹਾਨੂੰ ਹੋਰ ਅੱਗੇ ਲੈ ਕੇ ਆਈਏ, ਜਿਹੜੀ ਕਵਿਤਾ ਦੀ ਗੱਲ ਹੈ ਜਾਂ ਪੰਜਾਬੀ ਸਾਹਿਤ ਦੀ ਗੱਲ ਹੈ, ਹੋਰ ਅੱਗੇ ਚੱਲੇ। ਸੋ ਤੁਹਾਡਾ ਸਾਰਿਆਂ ਦਾ ਫਿਰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਮੁਹੱਬਤ ਨੂੰ ਸਲਾਮ, ਤੁਸੀਂ ਬਹੁਤ ਪਿਆਰ ਦੇ ਰਹੇ ਜੀ ਪ੍ਰੋਗਰਾਮ ਨੂੰ। ਔਰ ਮੇਰੇ ਖਿਆਲ ਨਾਲ ਕਿ ਮੈਂ ਸੋਚਿਆ ਇਹੀ ਗੱਲ ਸੋਚਿਆ, ਮੈਂ ਸੋਚਿਆ ਸੀ ਕਿ ਮੈਂ ਤਾਂ ਸ਼ਾਇਦ ਪਹਿਲਾਂ ਰੁਕ ਜਾਂਦਾ, ਤੁਹਾਡੀ ਮੁਹੱਬਤ ਤੁਹਾਡਾ ਪਿਆਰ ਸਾਨੂੰ ਇੱਥੋਂ ਤੱਕ ਲੈ ਕੇ ਆਏ ਨੇ। ਔਰ ਆਸ ਕਰਦੇ ਹਾਂ ਆਪਾਂ ਇਸੇ ਹੀ ਮਕਸਦ ਨਾਲ ਕਿ ਆਪਾਂ ਅਗਲੇ ਸ਼ਨੀਵਾਰ ਫਿਰ ਮਿਲਾਂਗੇ ਇਸੇ ਵਕਤ ਹੀ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ। ਤਦ ਤੱਕ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਓ, ਮਾਹੌਲ ਅਜੇ ਵੀ ਠੀਕ ਨਹੀਂ ਹੋਇਆ ਕੋਰੋਨਾ ਕਰਕੇ, ਸੋ ਪਲੀਜ਼ ਆਪਣਾ ਤਿਆਰ ਰੱਖਿਓ। ਤਾਂ ਮਿਲਦੇ ਹਾਂ ਦੋਸਤੋ ਤੁਹਾਨੂੰ ਅਗਲੇ ਹਫ਼ਤੇ, ਤਦ ਤੱਕ ਲਈ ਇਜਾਜ਼ਤ ਦਿਓ, ਰੱਬ ਰਾਖਾ, ਅੱਲਾ ਹਾਫਿਜ਼, ਸ਼ੁਕਰੀਆ ਜੀ, ਥੈਂਕ ਯੂ ਸੋ ਮਚ।